ਸਵੇਰ ਦੇ ਇੱਥੇ ਇੱਕ ਭੈਣ ਨੂੰ ਲੈ ਕੇ ਆਏ ਨੇ, ਨੌਜਵਾਨ ਕੁੜੀ ਆ, ਸੜਕ ਤੋਂ ਮਿਲੀ ਆ ਉਹਨਾਂ ਨੂੰ। ਕਿਹਦੇ ਚਲੇ ਗਏ? ਆ ਜਾਓ ਵੀਰੇ, ਇੱਥੇ ਆ ਜਾਓ ਵੀਰੇ। ਹਾਂ ਜੀ, ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ, ਹੋਰ ਠੀਕ ਠਾਕ ਹੋ ਵੀਰੇ? ਹਰਜੀਤ ਸਿੰਘ ਜੀ ਕਿੱਦਾਂ? ਸਤਿ ਸ਼੍ਰੀ ਅਕਾਲ ਵੀਰੇ, ਤੁਸੀਂ ਲੈ ਕੇ ਆਏ? ਨਹੀਂ ਨਹੀਂ, ਉਹ ਕਾਹਦੀ ਗਲਤੀ ਹੋ ਗਈ ਭਰਾਵਾ, ਤੂੰ ਤਾਂ ਚੰਗਾ। ਸਤਿ ਸ਼੍ਰੀ ਅਕਾਲ ਭੈਣੇ, ਜਿਉਂਦੀ ਵਸਦੀ ਰਹੇ। ਸਤਿ ਸ਼੍ਰੀ ਅਕਾਲ, ਕਿੱਥੋਂ ਆ ਭੈਣੇ ਤੁਸੀਂ? ਕੋਈ ਨਾ ਪਹਿਲਾਂ ਤੂੰ ਫਿਕਰ ਨਾ ਕਰ। ਦੇਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਵੀਰੇ ਨੇ ਬਹੁਤ ਸੋਹਣਾ ਕੰਮ ਕੀਤਾ, ਪਰ ਇਹ ਵੀਰਾ ਇੰਨਾ ਡਰਿਆ ਹੋਇਆ ਵਾ। ਹੁਣ ਰਾਤ ਨੂੰ ਇੱਥੇ ਆਇਆ ਹੈ ਨਾ, ਅਸੀਂ ਗੱਲ ਕੀਤੀ ਬਈ ਆਪਾਂ ਪੁਲਿਸ ਨੂੰ 100 ਨੰਬਰ 'ਤੇ ਕਾਲ ਕਰ ਦਈਏ ਵੀ ਕੁੜੀ ਨੌਜਵਾਨ ਆ ਹੈ ਨਾ, ਕੱਲ੍ਹ ਨੂੰ ਕੋਈ ਇੱਦਾਂ। ਆ ਜਾਓ ਇਹਨੂੰ, ਆ ਜਾਓ ਭੈਣੇ, ਡਰਨਾ ਡਰਨਾ ਔਰ ਇਹਨੂੰ ਆ ਜਾਓ, ਇੱਥੇ ਆ ਜਾਓ ਚਾਨਣੇ ਭੈਣੇ, ਡਰਨਾ। ਉਹ ਵਿਚਾਰੀ ਇੰਨੀ ਡਰੀ ਹੋਈ ਆ, ਉਹ ਸਾਡੇ ਫੀਮੇਲ ਮੈਂਬਰ ਨੇ ਭੈਣ ਹੋਣੀ, ਉਹ ਵੀ ਜੇ ਨੇੜੇ ਜਾਂਦੇ ਆ ਤਾਂ ਉਹਨਾਂ ਤੋਂ ਵੀ ਡਰਦੀ ਆ ਕੁੜੀ। ਲਾਈਟ ਮਾਰ ਦੇ ਕੋਈ ਨਾ ਕਾਕਾ, ਲਾਈਟ ਚਲਾ ਲਾ। ਅਤੇ ਘਬਰਾ ਨਾ ਪੁੱਤ, ਘਬਰਾ ਨਾ ਪੁੱਤ, ਡਰਨਾ 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 ਪੁੱਤ, ਉਰੇ ਆ ਜਾ ਤੂੰ, ਆ ਜਾ ਮੇਰੀ ਭੈਣ, ਤੂੰ ਸਾਡੀ ਛੋਟੀ ਭੈਣ ਆ, ਫਿਕਰ ਨਹੀਂ ਕਰਨਾ, ਤੂੰ ਸਾਡੀ ਛੋਟੀ ਭੈਣ। ਆ ਜਾ ਮੇਰਾ ਪੁੱਤ, ਆ ਜਾ ਮੇਰਾ ਪੁੱਤ, ਆ ਜਾ ਆ ਜਾ ਆ ਜਾ ਆ ਜਾ ਮੇਰਾ ਪੁੱਤ, ਆ ਜਾ ਆ ਜਾ ਆ ਜਾ, ਇੱਥੇ ਚਾਹ ਪੀਂਦੇ ਆ। ਕੋਈ ਨਾ ਕੋਈ ਨਾ, ਕੀ ਗੱਲ ਹੋ ਗਈ? ਕੀ ਹੋਇਆ ਭੈਣੇ, ਕੀ ਹੋਇਆ ਭੈਣੇ? ਖੜ ਜਾ ਖੜ ਜਾ, ਮੇਰੀ ਗੱਲ ਸੁਣ, ਤੂੰ ਸਾਡੀ ਛੋਟੀ ਭੈਣ ਆ, ਘਬਰਾ ਨਾ ਘਬਰਾ ਨਾ। ਦੇਖੋ ਪਤਾ ਨਹੀਂ ਵਿਚਾਰੀ ਜਿਹਨੇ ਕੀ ਤਸ਼ੱਦਦ ਝੱਲਿਆ ਹੋਇਆ ਹੈ ਨਾ, ਕੀ ਕੁਛ ਹੋਇਆ ਇਹਦੇ ਨਾਲ, ਕਿੱਦਾਂ ਇੱਥੇ ਪਹੁੰਚੀ ਆ ਰਾਤ, ਸਾਰੀ ਰਾਤ ਇਹਦੀ ਸੜਕ 'ਤੇ ਨਿਕਲੀ। ਵੀਰੇ ਤੈਨੂੰ ਕਿੱਥੇ ਮਿਲੀ ਕੁੜੀ ਇਹ? ਵੀਰੇ ਮੈਂ ਦਿੱਲੀ ਤੋਂ ਆਇਆ ਸੀਗਾ, ਮੈਂ ਅਗਰ ਨਗਰ ਗੱਡੀ। ਲਾਈਟ ਮਾਰ ਲਾ ਕੋਈ ਨਾ। ਹਾਂਜੀ, ਤੇ ਮੈਂ ਦਿੱਲੀ ਤੋਂ ਆਇਆ ਸੀਗਾ, ਮੈਂ ਹੋ ਗਿਆ ਸੀ ਲੇਟ, ਤੇ ਮੈਂ ਘਰੇ ਵੀ ਫੋਨ ਕਰਕੇ ਕਹਿਤਾ ਸੀ ਵੀ ਮੇਰੀ ਰੋਟੀ ਨਾ ਪਕਾਇਓ, ਮੈਂ ਖਾ ਕੇ ਆਊਂਗਾ। ਤੇ ਮੈਂ 3 ਵਾਲੇ ਢਾਬੇ ਤੇ ਰੋਟੀ ਖਾ ਕੇ ਵੀਰੇ ਬਾਹਰ ਨਿਕਲਿਆ ਸੀ। ਕਿੰਨੇ ਕੁ ਵਜੇ ਸੀ? ਟਾਈਮ ਹੋਊਗਾ ਵੀਰੇ 12, 12:30, 1 ਦਾ ਟਾਈਮ ਹੋਊਗਾ। ਠੀਕ ਹੈ ਜੀ। ਤੇ ਮੈਂ ਰੋਟੀ ਖਾ ਕੇ ਉੱਥੇ, ਅੱਛਾ, ਤੇ ਹੁਣ ਮੈਂ ਕਹਿ ਨਹੀਂ ਸਕਦਾ ਵੀਰੇ, ਉੱਥੇ ਦੇਖ ਕੇ ਮੈਨੂੰ ਤੁਹਾਡਾ, ਮੈਂ ਤੁਹਾਡਾ ਚੈਨਲ ਦੇਖਦਾ ਰਹਿਣਾ ਤੇ ਮੈਨੂੰ ਤੁਹਾਡੀ ਯਾਦ ਆ ਗਈ, ਤੇ ਮੈਂ ਤੁਹਾਡਾ ਉੱਥੇ ਗੇਟ ਤੇ ਬਾਹਰ ਨੰਬਰ ਵੀ ਬਹੁਤ ਟਰਾਈ ਕੀਤਾ ਜਦੋਂ ਵੀਰੇ ਹੁਣੀ ਆਏ ਆ ਰਾਤ ਨੂੰ ਵੀਰੇ ਹੁਣ। ਹਾਂਜੀ, ਮੇਰਾ ਨੰਬਰ ਡਾਇਲ ਕੀਤਾ ਹੋਇਆ ਸੀਗਾ ਜੀ ਜੀ, ਫਿਰ ਮੈਂ ਉਹ ਵੀ ਚੱਕੜੀ। ਹਾਂਜੀ, ਤੁਹਾਡੇ ਕੋਲੇ ਲੈ ਕੇ ਆ ਗਿਆ। ਠੀਕ ਆ, ਮਤਲਬ ਉੱਥੋਂ ਤੁਸੀਂ ਫਿਰ ਮੋਟਰਸਾਈਕਲ ਤੇ ਲੈ ਕੇ ਆਏ? ਉੱਥੇ ਪਤਾ ਉਹਨਾਂ ਨੂੰ ਜਿਹੜੇ ਮਤਲਬ ਢਾਬੇ ਵਾਲੇ ਸੀ ਜਾਂ ਹੋਰ, ਉਹਨਾਂ ਨੇ ਦੇਖਿਆ ਇਹਨੂੰ? ਇਹ ਇਧਰਲੀ ਸਾਈਡ ਖੜੀ, ਕਿਸੇ ਨੂੰ ਨਹੀਂ ਪਤਾ ਤੂੰ ਉੱਥੋਂ ਲੈ ਕੇ ਆਇਆ? ਨਹੀਂ, ਮੈਂ ਇਹਨੂੰ ਪੁੱਛਿਆ ਤਾਂ ਇਹਦੀਆਂ ਮੈਨੂੰ ਗੱਲਾਂ, ਨਹੀਂ ਆਲੇ ਦੁਆਲੇ ਪ੍ਰੂਫ, ਮਤਲਬ ਬੰਦੇ ਖੜੇ ਸੀ ਉੱਥੇ ਰਾਤ ਨੂੰ, ਹੁਣ ਜਿਵੇਂ ਮੰਨ ਲਓ ਢਾਬੇ ਵਾਲਿਆਂ ਨੇ ਦੇਖਿਆ ਹੋਊ। ਨਹੀਂ, ਢਾਬੇ ਵਾਲਿਆਂ ਤੋਂ ਨਹੀਂ, ਇਹ ਉਰੇ ਜਿਹੜਾ ਢਾਬਾ 3 ਵਾਲਾ ਪਿੱਛੇ ਭੈਣੇ ਉੱਟ ਕੇ ਬੈਠ ਜਾ। ਹਾਂਜੀ ਹਾਂਜੀ, ਇਹ ਉਹਦੇ ਆਪੋਜਿਟ ਜਿੱਥੋਂ ਆ ਲੈ 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 ਆ ਲੈ ਲੈ ਆ ਲੈ ਤੁਸੀਂ ਲਾ ਦਿਓ ਭੈਣੇ, ਤੁਸੀਂ ਲਾ ਦਿਓ ਭੈਣੇ। ਇਹਨੇ ਮੈਨੂੰ ਵੀਰਾ ਕਹਿ ਕੇ ਆਵਾਜ਼ ਵੀ ਮਾਰੀ। ਤੇ ਇਹਨੇ ਮੈਨੂੰ ਇਹ ਵੀ ਕਿਹਾ ਮੈਂ ਆਂਡੇ ਤੇ ਚਾਹ ਪੀਣੀ, ਆਂਡੇ ਖਾਣੇ ਆ ਚਾਹ ਪੀਣੀ ਆ। ਮੈਂ ਕਿਹਾ ਵੀ ਇਹ ਤਾਂ ਨਹੀਂ ਰੋਟੀ ਮਿਲ ਸਕਦੀ ਆ। ਹੋਕੇ ਕਿਵੇਂ ਲਈ ਜਾਂਦੇ ਕੁੜੀ? ਤੜਕੇ ਦਾ ਟਾਈਮ ਹੋ ਗਿਆ ਜੀ, ਵਾਕ ਬਾਬਾ ਜੀ ਨੇ ਲੈ ਲਿਆ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ, ਹਕੂਨਾਮਾ ਸਾਹਿਬ ਲੈ ਲਿਆ ਵਾ। ਅਤੇ ਤੜਕੇ ਦੇ ਕਰੀਬ 4:40 ਹੋ ਗਿਆ। ਅਤੇ ਇਹ ਭੈਣ, ਭੈਣੇ ਕੀ ਨਾਂ ਤੇਰਾ? ਗੁਰਪ੍ਰੀਤ ਕੌਰ। ਮੇਰਾ ਨਾਂ ਪਤਾ ਕੀ ਆ? ਗੁਰਪ੍ਰੀਤ ਸਿੰਘ, ਮੈਂ ਤੇਰਾ ਭਰਾ ਵਾਂ। ਇਹ ਮੇਰੇ ਤਾਇਆ ਜੀ ਦਾ ਬੇਟਾ ਜੀ ਨੇ ਮੈਨੂੰ ਕਾਲ ਕੀਤੀ, ਦੱਸਿਆ ਸਾਨੂੰ ਹੈ ਨਾ ਪਹਿਲਾਂ। ਉਹ ਦੇਖੋ ਭੈਣ ਆ, ਉਹਦਾ ਨਾਂ ਪਤਾ ਕੀ ਆ? ਕਮਲਜੀਤ ਕੌਰ। ਤੇਰੀ ਮਾਮੀ ਦਾ ਨਾਮ ਆ? ਲੈ ਦੇਖ ਲਾ, ਇਹ ਭੈਣ ਦਾ ਨਾਮ ਪੁੱਛਿਆ ਤੂੰ ਕੀ ਆ? ਪੁੱਛ ਫਿਰ। ਹਰਜੀਤ ਕੌਰ, ਇਹ ਭੈਣ ਜੀ ਦਿੱਲੀ ਤੋਂ ਨੇ। ਠੀਕ ਆ, ਠੀਕ ਆ, ਕੋਈ ਨਾ ਪੁੱਤ, ਕੋਈ ਨਾ, ਘਬਰਾਉਣਾ ਨਹੀਂ, ਤੂੰ ਸਹੀ ਥਾਂ ਤੇ ਆ ਗਈ ਆ ਪੁੱਤ। ਹੁਣ ਤੂੰ ਮੈਨੂੰ ਦੱਸ ਕੀ ਗੱਲ ਹੋਈ ਆ, ਤੂੰ ਇੱਥੇ ਕਿਵੇਂ ਆਈ ਆ ਪੁੱਤ? ਸਾਡਾ ਰਾਜ ਸਕੂਲ ਦੀ ਬੱਸ ਸੀ ਨਾ, ਇੱਥੇ ਜਿਵੇਂ ਅਸੀਂ ਆਏ ਦਿੱਲੀਓ, ਤੇ ਪਾਕਿਸਤਾਨ ਤੇ ਜਿਵੇਂ ਆਉਂਦਾ ਨਹੀਂ ਬਾਰਡਰ,
ਜਿਵੇਂ ਦਿੱਲੀ ਪਾਰ ਕਰਦੇ ਤੇ ਉੱਥੇ ਇੱਕ ਆਟੋ ਵਾਲਾ ਅੰਕਲ ਸੀ ਉਹ 3 ਦਿਨ ਲਈ ਮਤਲਬ ਟੂਰ ਲੈ ਕੇ ਆਇਆ ਅੰਮ੍ਰਿਤਸਰ ਦਾ ਤੇ ਉਹਨਾਂ ਨੇ ਮਤਲਬ ਸਾਡੀ ਗੱਡੀ ਦਾ ਮਤਲਬ ਮੇਰੇ ਗਲਤ ਨਾਲ ਕੀਤਾ ਸੀ ਮੈਂ ਆਪਣੇ ਮਤਲਬ ਆਪਣਾ ਲੋਵਰ ਨੀਚੇ ਲੈ ਗਈ ਮਤਲਬ ਪੂਰੇ ਕੱਪੜੇ ਪਾ ਕੇ ਆਈ ਸੀ ਸਕੂਲ ਦੀ ਡਰੈਸ ਰੈਡ ਕਲਰ ਦੀ ਚੱਪਲ ਨਾਲ ਅੱਧੀ ਪੂਰੀ ਬਾਹਾਂ ਦੀ ਟੀ ਸ਼ਰਟ ਔਰ ਜਿਵੇਂ ਮਤਲਬ ਉੱਤੇ ਦੀ ਸੀ ਬਲੈਕ ਕਲਰ ਦੀ ਮਤਲਬ ਸਾਡਾ ਬਲੈਕ ਕਮਾਂਡੋ 'ਚ ਨਾ ਆਇਆ ਸੀ ਅਤੇ ਮਾਡਲ ਟਾਊਨ 'ਚ ਮਤਲਬ ਸਾਰੇ 87 ਲੋਕ ਰਹਿੰਦੇ ਨੇ ਨਾ ਉੱਥੇ ਦਿੱਲੀ 'ਚ ਤਾਂ ਉਹਨਾਂ ਨੇ ਮੈਨੂੰ ਮਤਲਬ ਨਾਈਟ ਦੀ ਡਿਊਟੀ ਦਿੱਤੀ ਸੀ ਜਿਵੇਂ ਐਮਰਜੈਂਸੀ 'ਚ ਪੇਸ਼ੈਂਟ ਵਗੈਰਾ ਮਰਨ ਦੇ ਲੋਕ ਆਉਂਦੇ ਨੇ ਉਹਦਾ ਕੰਮ ਹੈ ਮੇਰਾ ਠੀਕ ਹੈ ਪੁੱਤ ਤੇਰੇ ਮੰਮੀ ਪਾਪਾ ਕਿੱਥੇ ਰਹਿੰਦੇ ਨੇ ਰੱਬ ਦੇ ਘਰ ਓਕੇ ਰੱਬ ਦੇ ਘਰ ਚਲੇ ਗਏ ਮੰਮੀ ਭਰਾ ਤੇਰਾ ਹੈਗਾ ਕੋਈ ਉਹ ਵੀ ਰੱਬ ਦੇ ਕੋਲ ਹੈ ਉਹਦੇ ਬਾਅਦ ਮੈਂ ਹੀ ਹੋਈ ਸੀ ਠੀਕ ਹੈ ਪੁੱਤ ਤੇਰਾ ਕੋਈ ਚਾਚਾ ਤਾਇਆ ਤੇਰਾ ਕੋਈ ਰਿਸ਼ਤੇਦਾਰ ਹੈਗਾ ਜਿਨ੍ਹਾਂ ਦੇ ਕੋਲ ਤੂੰ ਰਹਿੰਦੀ ਸੀ ਹੁਣ ਕੋਈ ਨਾ ਤੂੰ ਇਕੱਲੀ ਨਹੀਂ ਹੈਗੀ ਅਸੀਂ ਤੇਰੇ ਭਰਾ ਵਾਂ ਠੀਕ ਹੈ ਤੇਰਾ ਪਿੰਡ ਕਿਹੜਾ ਕਿੱਥੋਂ ਆ ਤੂੰ ਸ਼ਹਿਰ ਕਿਹੜਾ ਤੇਰਾ ਹੋ ਕੇ ਨਾ ਲੈ ਰੋਣਾ ਨਹੀਂ ਰੋਣਾ ਨਹੀਂ ਹੁਣ ਨਹੀਂ ਰੋਣਾ ਲੋਰ ਆ ਕੀ ਲਿਖਿਆ ਹੋਇਆ ਤੇਰੀ ਬਾਂਹ ਤੇ ਕੀ ਲਿਖਿਆ ਹੋਇਆ ਇਹ ਨੇ ਇਹ ਬੀ ਏ ਐਲ ਕੀ ਨਾਂ ਲਿਖਿਆ ਦੱਸ ਵਾਹਿਗੁਰੂ ਵਾਹਿਗੁਰੂ ਲਿਖਿਆ ਅੰਮਾਲੇ ਬਾਬਾ ਜੀ ਕੋਲੀ ਤਾਰ ਵਾਲੇ ਅਰੇ ਬੰਬੇ ਬੀ ਤੋਂ ਲਿਖਿਆ ਹੈ ਵਾਹਿਗੁਰੂ ਠੀਕ ਆ ਇਹ ਵਾਹਿਗੁਰੂ ਇੱਧਰ ਵੀ ਕੁਝ ਲਿਖਿਆ ਹੋਇਆ ਅਚੂ ਨਹੀਂ ਲੈ ਲਾ ਹਾਂ ਅਚੂ ਨਹੀਂ ਲੈ ਲਾ ਪੁੱਤ ਕੁੜੀਆਂ ਸਿਰ ਢੱਕ ਕੇ ਹਨਾ ਮੇਰੀ ਧੀ ਆ ਤੂੰ ਸਾਡੀ ਇੱਥੇ ਫਿਕਰ ਨਹੀਂ ਕਰਨਾ ਹੁਣ ਤੈਨੂੰ ਇੱਥੇ ਕੋਈ ਤੰਗ ਨਹੀਂ ਕਰੂਗਾ ਇੱਥੇ ਕੋਈ ਪਰੇਸ਼ਾਨ ਨਹੀਂ ਕਰੂਗਾ ਮੇਰੀ ਭੈਣ ਨੂੰ ਅੱਛਾ ਹਾਂ ਕੋਈ ਨਾ ਆਪਾਂ ਸਕੂਲੇ ਵੀ ਗੱਲ ਕਰਾਂਗੇ ਸਾਰੀ ਗੱਲ ਕਰਾਂਗੇ ਆਪਾਂ ਫਿਕਰ ਨਾ ਕਰ ਹਨਾ ਤੂੰ ਸਾਡੇ ਕੋਲ ਇੱਥੇ ਆ ਗਈ ਆ ਤੇ ਹੁਣ ਮੈਨੂੰ ਇਹ ਦੱਸ ਦੇ ਵੀ ਤੂੰ ਰਹਿੰਦੀ ਕਿੱਥੇ ਆ ਭੈਣੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦਾਦੀ ਮੰਮਾ ਦਾਦੀ ਮੰਮਾ ਕੋਲੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਉੱਥੇ ਕਿਹੜਾ ਮਹੱਲਾ ਕੀ ਆ ਆਦਰਸ਼ ਨਗਰ ਸਾਡਾ ਆਦਰਸ਼ ਨਗਰ 'ਚ ਠੀਕ ਹੈ ਇੱਧਰ ਦੇਖ ਕੇ ਕੋਈ ਗੱਲ ਨਹੀਂ ਦੇਖ ਕੇ ਗੱਲ ਕਰੋ ਦੇਖ ਕੇ ਇੱਧਰ ਦੇਖ ਮੇਰੇ ਵੱਲ ਪੁੱਤ ਇੱਧਰ ਦੇਖ ਮੇਰੇ ਵੱਲ ਫਿਕਰ ਨਹੀਂ ਕਰਨਾ ਮੇਰੇ ਪਹਿਲਾਂ ਚੱਪਲ ਪਾ ਆ ਜਾ ਆਪਾਂ ਉੱਥੇ ਬੈਠਦੇ ਨਾਲੇ ਚਾਹ ਪੀਂਦੇ ਆ ਜਾ ਮੇਰੀ ਭੈਣ ਆਪਣੇ ਫੜਿਓ ਲੈ ਆਉਂਦਾ ਆ ਜਾ ਪੁੱਤ ਚਾਹ ਪੀਂਦੇ ਉੱਥੇ ਆ ਜਾ ਇਹ ਨਾਲ ਹੀ ਆਊਗਾ ਇਹ ਨਾਲ ਹੀ ਆਊਗਾ ਫਿਕਰ ਨਾ ਕਰ ਇਹ ਵੀਰਾ ਨਾਲ ਹੀ ਆਊਗਾ ਆ ਜਾ ਹੁਣ ਉਹ ਕੁਛ ਮਿੰਟਾਂ ਦਾ ਰਿਸ਼ਤਾ ਵੀ ਨਾ ਕਈ ਵਾਰੀ ਲਾਈਫ ਟਾਈਮ ਲਈ ਬੰਦੇ ਦੀ ਜ਼ਿੰਦਗੀ ਬਚਾ ਜਾਂਦਾ ਉਹ ਵੀਰੇ ਦੇ ਨਾਲ ਉਹਦਾ ਜਿਹੜਾ 10 ਮਿੰਟ ਦਾ ਵੀ ਸ਼ਾਇਦ ਜਿਹੜੀ ਗੱਲ ਇਹ ਦੱਸ ਰਹੇ ਨੇ ਉਹਦੇ ਮੁਤਾਬਕ ਜਿਹੜੀ ਅਟੈਚਮੈਂਟ ਉਹ ਭੈਣ ਉਹ ਤੋਂ ਬਿਨਾਂ ਤੁਰਦੀ ਨਹੀਂ ਗੀ ਅੱਗੇ ਹਨਾ ਜੇ ਮਾੜੀ ਜਿਹੀ ਵੀ ਗੱਲ ਹੁੰਦੀ ਹੈ ਜਾਣੀ ਕਿ ਉਹ ਵੀਰੇ ਦੇ ਨਾਲ ਹੀ ਉਹਦੀ ਹੈਗੀ ਆ ਮੰਨ ਲਓ ਇੱਕ ਅਟੈਚਮੈਂਟ ਬਣ ਗਈ ਕਿਉਂਕਿ ਉਹਨੇ ਉੱਤੇ ਵਿਸ਼ਵਾਸ ਕੀਤਾ ਉਹ ਸੜਕ 'ਤੇ ਖੜੀ ਸੀਗੀ ਰਾਤ ਨੂੰ 12-1 ਵਜਿਆ ਹੋਇਆ ਸੀ ਇੱਥੇ ਬਹਿ ਜਾਓ ਭੈਣੇ ਬਹਿ ਜਾ ਇੱਥੇ ਬਹਿ ਜਾ ਮੇਰੀ ਭੈਣ ਰੋਣਾ ਨਹੀਂ ਗਾ ਰੋਣਾ ਨਹੀਂ ਗਾ ਰੋਣਾ ਨਹੀਂ ਪੁੱਤ ਰੋਣਾ ਨਹੀਂ ਗਾ ਰੋਣਾ ਨਹੀਂ ਗਾ ਰੋਣਾ ਨਹੀਂ ਗਾ ਪੁੱਤ ਰੋਣਾ ਨਹੀਂ ਇੱਥੇ ਬਹਿ ਜਾ ਰੋਣਾ ਆਪਾਂ ਬਾਬਾ ਜੀ ਦਾ ਅੰਦਰ ਗੁਰਦੁਆਰਾ ਸਾਹਿਬ ਵੀ ਆ ਠੀਕ ਆ ਆਪਾਂ ਮੱਥਾ ਟੇਕਾਂਗੇ ਆ ਜਾ ਫਿਕਰ ਨਾ ਕਰ ਬਹਿ ਜਾ ਵੀਰੇ ਬਹਿ ਜਾ ਵੀਰੇ ਤੇਰਾ ਕੀ ਨਾਮ ਵੀਰੇ ਤੇਰੇ ਭਵਨ ਤੇਰਾ ਪਿੰਡ ਕਿਹੜਾ ਤੇਰਾ ਭਵਨ ਦੋਲੋਂ ਖੁਰਦ ਛੋਟੀ ਦੋਲੋਂ ਲੈ ਪੁੱਤ ਪਾਣੀ ਪੀ ਲਾ ਲੈ ਪਾਣੀ ਪੀ ਲਾ ਮੇਰਾ ਪੁੱਤ ਫਿਕਰ ਨਾ ਕਰ ਹੁਣ ਤੂੰ ਜਮਾਂ ਠੀਕ ਆ ਘਬਰਾ ਨਾ ਤੁਸੀਂ ਇਹਨਾਂ ਨੂੰ ਜਦੋਂ ਵੀਰੇ ਉਹਨਾਂ ਨੂੰ ਮਿਲੇ ਤੂੰ ਕਿੱਥੇ ਖੜੇ ਸੀਗੇ ਉਦੋਂ ਉਹ ਸੜਕ ਤੇ ਤੁਸੀਂ ਉੱਥੋਂ ਜਦੋਂ ਮਤਲਬ ਤਰੀਕੇ ਢਾਬੇ ਤੋਂ ਜਿਹੜਾ ਉਹ ਢਾਬਾ ਤਰੀਕੇ ਉੱਥੇ ਵਾਲੀ ਚੌਂਕ ਚੜਾ ਉੱਥੋਂ ਇਹਨੂੰ ਲੈ ਕੇ ਆਏ ਆ ਕੁੜੀ ਨੂੰ ਠੀਕ ਆ ਉੱਥੇ ਤਰੀਕੇ ਢਾਬੇ ਪੱਟ ਪਾਣੀ ਪੀ ਲਾ ਪਾਣੀ ਪੁੱਤ ਉੱਥੇ ਤਰੀਕੇ ਢਾਬੇ ਵਾਲਿਆਂ ਦਾ ਦੇਖਿਆ ਦੁਖਿਆ ਹੋਊ ਇਹਨੂੰ ਉੱਥੇ ਫਿਰਦੀ ਨੂੰ ਤੂੰ ਕਿੱਥੋਂ ਆਈ ਸੀ ਪੁੱਤ ਉਹਨੇ ਦੇ ਸਾਨੂੰ ਮੈਨੂੰ ਡਸਟਬਿਨ ਸਿੱਟਦੇ ਵੀਰੇ ਤੂੰ ਕਿੱਥੋਂ ਆਈ ਸੀਗੀ ਭੈਣੇ ਜਦੋਂ ਵੀਰੇ ਨੂੰ ਮਿਲੀ ਆ ਤੂੰ ਕਿੱਥੋਂ ਆਈ ਸੀ ਉਦੋਂ ਅੰਬਾਲੇ ਦੀ ਟ੍ਰੇਨ ਫੜਨੀ ਸੀਗੀ ਠੀਕ ਹੈ ਜੀ ਹਾਂ ਇੱਕ ਮਿੰਟ ਬਹਿ ਜਾਓ ਭੈਣੇ ਇੱਥੇ ਅੱਛਾ ਤੁਸੀਂ ਪੁਰਾਣੀ ਦਿੱਲੀ ਤੋਂ ਨਾ ਇਹ ਭੈਣੇ ਪੁਰਾਣੀ ਦਿੱਲੀ ਤੋਂ ਦੱਸਦੇ ਨੇ ਆਪਣਾ ਐਡਰੈਸ ਆਦਰਸ਼ ਨਗਰ ਦਾ ਉੱਥੇ ਬਹਿ ਜਾਓ ਇਹ ਵੀ ਭੈਣ ਦਿੱਲੀ ਤੋਂ ਆ ਸਾਡੇ ਕੋਲ ਇੱਥੇ ਆਏ ਹੋਏ ਨੇ ਇਹਨਾਂ ਦੀ ਬੇਟੀ ਦਾ ਬਿਮਾਰ ਨੇ ਉਹਨਾਂ ਦਾ ਟ੍ਰੀਟਮੈਂਟ ਚੱਲਦਾ ਇੱਥੇ ਸਾਡੇ ਕੋਲ ਤੁਸੀਂ ਇਹਨੂੰ ਕਰਿਓ ਗੱਲ ਕਿੱਥੋਂ ਆ ਪੁੱਛੋ ਬਹਿ ਜਾ ਬੇਟਾ ਬਹਿ ਜਾ ਅੱਛਾ ਪਰਸ ਲੈ ਲਾ ਪਰਸ ਲੈ ਲਾ ਕੀ ਹੋਇਆ ਬਤਾਓ ਚਲੋ
ਨਹੀਂ ਕਿੰਨਾ ਡਰੀ ਹੋਈ ਹੈ, ਕਿੰਨਾ ਜ਼ਿਆਦਾ ਡਰੀ ਪਈ ਹੈ ਕੁੜੀ, ਕਿੰਨਾ ਜ਼ਿਆਦਾ ਉਹਨੂੰ ਹੈ ਨਾ ਕੋਈ ਜਿਵੇਂ ਪਤਾ ਨਹੀਂ ਵਿਚਾਰੀ ਨੂੰ ਸਮਝ ਨਹੀਂ ਆ ਰਹੀ। ਬਹੁਤ ਅੱਛੀ ਗੱਲ ਹੈ, ਬਲੈਕ ਕਮਾਂਡੋ ਤੇ ਬਹੁਤ ਇੱਕ ਅੱਛਾ। ਅਸੀਂ ਜੋਬ ਕੀਤੀ ਨਾਲ ਅਸੀਂ ਸੱਟਾ ਮੁੱਟਾ ਖਾਦਿਆ ਨੇ, ਪਰ ਸੱਚੇ ਸਾਡੇ ਦਾ ਐਕਸੈਪਟ ਐਕਸੀਡੈਂਟ ਹੋਇਆ ਸੀ। ਕੁਝ ਹੋ ਜਾਏਗਾ ਵੀਰ ਜੀ ਨੇ, ਸਭ ਠੀਕ ਹੋ ਜਾਏਗਾ, ਸਭ ਬਾਬੇ ਨੇ ਪੇਟ ਤੇ ਨਾ ਬੰਦੇ, ਕੋਈ ਰੋਣਾ ਨੀ, ਰੋਣਾ ਕਿਉਂ, ਉੱਥੇ ਲਾਲ ਬਾਗ ਹੈ, ਇੱਕ ਆਂਟੀ ਔਰ ਮੁਸਲਮਾਨ ਜੀ ਮਤਲਬ ਹਿੰਦੂ ਹੈ, ਉਹਨੇ ਮੇਰਾ ਪਰਸ ਗਾਇਬ ਕਰਾਤਾ। ਕੋਈ ਨਾ ਅਸੀਂ ਲੈ ਲਾਂਗੇ, ਉਹ ਨਹੀਂ ਦੇਗੀ, ਉਹਦਾ ਧੰਦਾ ਚੱਲਦਾ ਆ। ਕੋਈ ਅਸੀਂ ਬਲੈਕ ਕਾਰਟ ਕਮਾਂਡੋ ਹੈਗੇ ਆ ਨਾ, ਔਰ ਉਹਦੀ ਟੀਮ ਚੋਂ ਨਾ ਤੁਸੀਂ, ਹਾਂਜੀ ਲੈ ਲਾਂਗੇ, ਗੁਰਪ੍ਰੀਤ ਕੌਰ ਤੋਂ ਰਾਤ ਤੋਂ ਗੁਰਮੀ ਵੀਰ ਜੀ ਕੋਈ ਫਿਕਰ ਨਹੀਂ ਕਰਨਾ, ਆਪਾਂ ਲੈ ਲਾਂਗੇ, ਆਪਾਂ ਨੂੰ ਸਾਰੇ ਜਾਣਦੇ ਆ, ਉੱਥੇ ਪੁਲਿਸ ਵਾਲੇ ਵੀ ਜਾਣਦੇ ਆ। ਚਲੋ ਤੁਸੀਂ ਨਿਕਾਲੋ, ਕੋਈ ਨਾ ਲੈ ਲਾਂਗੇ, ਲੈ ਲਾਂਗੇ ਆਪਾਂ ਆਈਫੋਨ ਵੀ ਲੈ ਲਾਂਗੇ ਪੁੱਤ, ਹੋਰ ਕੀ ਕੀ ਲੈ, ਆਪਾਂ ਲੈ ਲਾਂਗੇ, ਹੋਰ ਦੱਸ ਕੀ, ਰੋਣਾ ਨਹੀਂ, ਰੋਗੇ ਤਾਂ ਸਮਝ ਨਹੀਂ ਆਉਂਦੀ ਨਾ ਗੱਲ, ਜਿਹੜਾ ਤੇਰਾ ਆਧਾਰ ਕਾਰਡ ਆ ਉਹ ਵੀ ਲੈ ਲਿਆ ਉਹਨੇ, ਬਚਪਨ ਦਾ ਦਾਦੀ ਕੋਲ ਹੀ ਆ ਮੇਰਾ ਆਧਾਰ ਕਾਰਡ, ਉਹਦੇ ਤੇ ਕੀ ਐਡਰੈਸ ਲਿਖਿਆ ਆਧਾਰ ਕਾਰਡ ਤੇ ਤੇਰਾ, ਆਈਜੀ ਸਿੰਘ ਸਬਰ ਰੋਡ ਮੇਂਦਲ ਪਰਗ ਥਾਣਾ ਜੰਗੀਰਪੁਰੀ ਆਦਰਸ਼ ਨਗਰ ਬੰਗਲਾ ਸਾਹਿਬ ਗੁਰਦੁਆਰਾ। ਠੀਕ ਹੈ ਪੁੱਤ, ਤੇਰੇ ਫਾਦਰ ਸਾਹਿਬ ਦਾ ਕੀ ਨਾਮ ਸੀ? ਲੇਟ ਕੁਲਦੀਪ ਸਿੰਘ। ਲੇਟ ਕੁਲਦੀਪ ਸਿੰਘ, ਪਿਤਾ ਜੀ ਦੀ ਡੈਥ ਕਿਵੇਂ ਹੋ ਗਈ ਸੀ ਪੁੱਤ? ਮੰਮਾ ਨੂੰ ਕੀ ਹੋ ਗਿਆ ਸੀ ਫਿਰ? ਮੰਮਾ ਨੂੰ ਮੇਰਾ ਭਰਾ ਹੋਣ ਵਾਲਾ ਸੀ, ਮੈਂ ਜਦ ਮੈਂ 1.5 ਸਾਲ ਦੀ ਸੀ, ਮੇਰੀ ਦਾਦੀ ਦਾਦੀ ਸੀ, 3 ਸਾਲ ਦੀ ਮੇਰੀ ਭੈਣ ਸੀ, ਮੰਮੀ ਕਹਿੰਦੇ ਅਸੀਂ ਤੁਹਾਨੂੰ ਪਾਲਿਆ ਪੋਸਿਆ, ਦਾਦੀ ਮੰਮਾ ਕਹਿੰਦੇ ਸੀ, ਮੇਰੇ ਡੈਡੀ ਮਤਲਬ ਜੋਬ ਕਰਦੇ ਸੀ, ਦਿਨ ਰਾਤ ਆਟੋ ਚਲਾਉਂਦੇ ਸੀ, ਦਾਦੂ ਪਾਪਾ ਬਾਹਰ ਦੀ ਗੱਡੀ ਚਲਾਉਂਦੇ ਸੀ, ਜਿਵੇਂ ਦਿੱਲੀ ਉਹ ਬਾਹਰ ਚਲਾਉਂਦੇ ਸੀ, ਪਾਕਿਸਤਾਨ ਲੋਕ ਜਿਵੇਂ ਹੁੰਦੇ, ਦਾਦੂ ਪਾਪਾ ਜੀ ਮਤਲਬ ਜ਼ਮੀਨ ਵਗੈਰਾ ਰਾਜਸਥਾਨ ਵਿੱਚ ਸੀ, ਉੱਥੇ ਹਰਿਆਣਵੀ ਲੋਕ ਨੇ ਮਤਲਬ ਜਿਹੜੇ ਗੁੱਜਰ ਹੁੰਦੇ ਉਹਨਾਂ ਨੇ ਤੋੜ ਤਾੜ ਕੇ ਉੱਥੇ ਆਪਣੀ ਬਿਲਡਿੰਗ ਮਤਲਬ ਖੇਤੀਬਾੜੀ ਪਾ ਦਿੱਤੀ ਰਾਜਸਥਾਨ 'ਚ, ਅਤੇ ਅਸੀਂ ਮਤਲਬ ਮੇਰੇ ਫਰੈਂਡ ਵਗੈਰਾ ਸਾਰੇ ਅਸੀਂ ਲਾਹੌਰ ਦੇ ਸੀ, ਪਿੱਛੋਂ ਅਸੀਂ ਆਏ ਆਪਣੀ ਬੱਸ ਨਾਲ ਹਿਮਾਚਲ ਦੀ ਕਰਕੇ, ਪਿੱਛੋਂ ਅਸੀਂ ਸਾਡੇ ਮਤਲਬ 5,000 ਆਪਣੇ ਘਰੋਂ ਲੈ ਕੇ ਆਏ ਸੀ, ਫੋਨ ਸਾਡੇ ਕੋਲ ਸੀ, ਬਸ ਆਪਣੇ ਸੇਫ ਆਪਣੇ ਵੀਰ ਜੀ ਨੂੰ ਦਿੱਤੇ ਸੀ, ਜਿਹੜੇ ਡਰਾਈਵਰ ਸੀ ਉਹਨਾਂ ਦਾ ਨਾਮ ਮਨੀਸ਼ ਵੀਰ ਜੀ ਸੀ, ਜਿਹੜੇ ਪੁਲਿਸ ਵਾਲੇ ਸੀ, ਸਰਦਾਰ ਸੀ ਗੁਰਨਾਮ ਵੀਰ ਜੀ ਨੇ ਕਿਹਾ ਸੀ ਕੋਈ ਗੱਲ ਨਹੀਂ ਤੁਸੀਂ ਆਪਣੇ ਫੋਨ ਵਨ ਮੈਨੂੰ ਜਮ੍ਹਾਂ ਕਰਾ ਦਿਓ, ਸਭ ਤਾਂ ਸਵਿੱਚ ਆਫ ਜਾਣਗੇ, ਉਹ ਜਿਹੜੀ ਕਿਰਪਾਨਾਂ ਵਾਲੀ ਗੱਡੀਆਂ ਸੀ ਸਾਡੀ ਲੋਕ ਸੀ, ਉਹ ਟੈਂਪੂ ਮਤਲਬ ਸੀ ਵਾਈਟ ਕਲਰ ਦਾ ਸੀ ਸਾਡਾ ਟੈਂਪੂ ਜਿਹੜਾ ਲੋਡ ਹੋਇਆ ਸੀ, ਤਾਂ ਅਸੀਂ ਮਤਲਬ ਪਹੁੰਚੇ ਵੀ ਨਹੀਂ ਸੀ, ਸਾਡੇ ਗੱਡੀ ਦਾ ਬੱਸ ਦਾ ਐਵੇਂ ਗੰਦਾ ਦਾ ਐਕਸੀਡੈਂਟ ਹੋਇਆ ਸੀ, ਮਤਲਬ ਆਪਣੇ ਆਪਣੇ ਸਕੂਟੀ ਅਤੇ ਗੱਡੀਆਂ 'ਤੇ ਨਿਕਲੇ ਸੀ, ਅਤੇ ਉੱਥੇ ਜਿਹੜੀ ਜਿਹੜੀ ਅੰਮ੍ਰਿਤਸਰ ਦੀ ਪੁਲਿਸ ਵਾਲੀ ਦੀਦੀ ਆ ਉਹਨਾਂ ਨੇ ਮੈਨੂੰ ਮਤਲਬ ਬੱਸ 'ਚ ਚੜਾਏ ਸੀ, 250 ਰੁਪਏ ਦਿੱਤਾ ਸੀ, ਪੰਜਾਬੀ ਸੀ ਉਹਨਾਂ ਦਾ ਨਾਂ ਵੀ ਗੁਰਪ੍ਰੀਤ ਨਹੀਂ ਉਹਨਾਂ ਦਾ ਜਸਮੀਤ ਕੌਰ ਨਾਂ ਸੀ, ਗੁਰਮੀਤ ਵੀਰ ਜੀ ਸੀ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਨੇ ਮਤਲਬ 250 ਰੁਪਏ ਦਿੱਤਾ ਸੀ ਕਿ ਲੈ ਇਹਨੂੰ ਕੁੜੀ ਨੂੰ ਬੱਸ 'ਚ ਚੜਾ ਦੇ, ਪੁਲਿਸ ਵਗੈਰਾ ਸਾਰੇ ਸੀ ਉੱਥੇ ਲੋਕੇਸ਼ਨ ਵਿੱਚ, ਉਹਨਾਂ ਨੇ ਮਤਲਬ ਕੇਸ ਵੇਸ ਪਾਇਆ ਸੀ ਨਾ ਮੁਸਲਮਾਨ 'ਤੇ, ਅਤੇ ਉਹ ਅੰਮ੍ਰਿਤਸਰ ਗੱਡੀ ਵੀ ਨਹੀਂ ਪਹੁੰਚੀ ਨਾਲੇ, ਉਹ ਇਕੱਲੇ ਮਤਲਬ ਮੇਰੇ ਨਾਲ ਨਾ ਜਿਵੇਂ ਪਾਕਿਸਤਾਨ ਤੋਂ ਅੱਗੇ ਚੱਲ ਲਿਆ ਨਾ, ਪਾਕਿਸਤਾਨ ਜਦੋਂ ਹਿਮਾਚਲ ਤੋਂ ਚੱਲ ਲਿਆ ਤਾਂ ਉਹਨਾਂ ਨੇ ਮਾਲ ਦੀ ਗੱਡੀ ਲੋਡ ਕੀਤੀ ਹੋਈ ਸੀ, ਮਤਲਬ ਮੇਰੀ ਸਕੂਲ ਦੀ ਡਰੈਸ ਵਰੈਸ ਅਸੀਂ ਪਾਈਆਂ ਸੀ। ਤੁਸੀਂ ਸਾਰੀ ਲਿਸਟ ਬਣਾ ਲਓ ਕੀ ਕੀ ਤੁਹਾਡਾ ਗੁਣ ਗਿਆ, ਇਹ ਸਭ ਲੈ ਠੀਕ ਹੈ ਲਿਖ ਦਿਓ, ਤੁਸੀਂ ਬੋਲੋ ਮੈਂ ਲਿਖ ਦਾਂਗੀ ਸਾਰਾ ਸਮਾਨ, ਹੁਣ ਘੰਟੇ ਤੱਕ ਆ ਜਾਓ।
ਮੇਰੇ ਸਕੂਲ ਬੈਗ ਵੀ ਹੈ ਨਾਲ ਉਹ ਜਿਸ ਤੇ ਮੇਰੀ ਓਪਨ ਦੀ 10th ਦੀ ਬੁੱਕ ਹੈ ਨਾਲ ਪੇਪਰ ਸੀ ਐਗਜ਼ਾਮ ਦੇਣਾ ਸੀ ਉਹਦੇ ਵਿੱਚ ਮੈਂ ਤੇ ਕੁਐਸਚਨ ਆਨਸਰ ਵਗੈਰਾ ਸਭ ਕੁਝ ਸੀ ਉਹ ਪਾਣੀਪਤ ਮੇਰੇ ਫਰੈਂਡ ਦੀ ਸ਼ੋਪ ਆ ਮਤਲਬ ਅਸੀਂ ਵਿੱਚ ਸਿੰਧੂ ਬਾਰਡਰ ਦੇ ਫੋਨ ਦੀ ਦੁਕਾਨ ਲਾਈ ਹੈ ਨਾਲ ਮੈਂ ਆਪਣਾ ਫੋਨ ਵਗੈਰਾ ਉਹਨਾਂ ਦੇ ਕੋਲ ਲਿਆ ਨਵਾਂ ਫੋਨ ਬੋਲਿਆ ਉਹਨਾਂ ਨੂੰ ਦੇਣ ਵਾਸਤੇ ਕਾਲ ਰਿਕਾਰਡਿੰਗ ਜਿਹੜੀ ਫੋਨ ਮਰਾਲੀ ਆਪ ਤੇਰੀ ਸਲਿਪ ਆ ਵੀ 4-22 ਦੀ ਹੈ ਨਾ ਹੈਲਥ ਸਿਸਟਮ ਕਾਰਪੋਰੇਸ਼ਨ ਸਿਵਲ ਹਸਪੀਟਲ ਗੱਡੀਆਂ ਗੁੱਡੀਆਂ ਸੀ ਮਤਲਬ ਮੁਸਲਮਾਨ ਨੇ ਸਾਡੇ ਪੈਟਰੋਲ ਵਗੈਰਾ ਸੱਟਿਆ ਉੱਤੇ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੋਈ ਆ ਕਿੱਥੇ ਪੁੱਤ ਕਿੱਥੇ ਕੀਤੀ ਸੀ ਇਹ ਪੁਰਾਣਾ ਹਸਪੀਟਲ ਰਾਜਸਥਾਨ ਚ ਸਰਕਾਰੀ ਇਹ ਪ੍ਰਾਈਵੇਟ ਵਾਲੀ ਮੈਡਮ ਬੈਠੀ ਸੀ ਉਹਨਾਂ ਨੇ ਮੈਨੂੰ ਮਤਲਬ 7000 ਰੁਪਏ ਦਾ ਪੂਰਾ ਦੱਸਿਆ ਇਹਦੇ ਤਾਂ ਪੁੱਤ ਉਹਨਾਂ ਨੇ ਕੁਝ ਵੀ ਨਹੀਂ ਲਿਖਿਆ ਹੋਇਆ ਪਿੱਛੇ ਦਵਾਈ ਲਿਖੀ ਹੈ ਦਵਾਈ ਤਾਂ ਲਿਖੀ ਹੈ ਪੁੱਤ ਜਿਵੇਂ ਹੁਣ ਹੈਲਥ ਸਿਸਟਮ ਕਾਰਪੋਰੇਸ਼ਨ ਸਿਵਲ ਹਸਪੀਟਲ ਓਪੀਡੀ ਸਲਿਪ ਇਹਦੇ ਤੇ ਜ਼ਿਲ੍ਹਾ ਡਿਸਟ੍ਰਿਕਟ ਕੁਝ ਵੀ ਨਹੀਂ ਲਿਖਿਆ ਹੋਇਆ ਖਾਦਾ ਵੀ ਹੋਣਾ ਨਾਲੇ ਦੇਖੋ ਜੀ ਇਹ ਹੁਣ ਸਰਕਾਰੀ ਹਸਪੀਟਲ ਦੀ ਓਪੀਡੀ ਸਲਿਪ ਆ ਕਿਹੜੇ ਹਸਪੀਟਲ ਦੀ ਆ ਇਹ ਵੀ ਨਹੀਂ ਲਿਖਿਆ ਹੋਇਆ ਹੈਲਥ ਦੇਖੋ ਕਿੱਡੀ ਨਲਾਇਕੀ ਆ ਸਾਡੇ ਉੱਤੇ ਐਨਕਾਂ ਤਾਂ ਬਣਾ ਦਈਆਂ ਸਵੱਛ ਭਾਰਤ ਦੀਆਂ ਵੀ ਕਿਤੇ ਭੁੱਲ ਨਾ ਜਾਣ ਲੋਕ ਪਰ ਹਸਪੀਟਲ ਦਾ ਨਾਂ ਤੱਕ ਨਹੀਂ ਲਿਖਿਆ ਵੀ ਕਿਹੜੇ ਜ਼ਿਲ੍ਹੇ ਦਾ ਕਿਹੜੇ ਸ਼ਹਿਰ ਦਾ ਹਸਪੀਟਲ ਆ ਇਹ ਅਤੇ ਕੁਛ ਵੀ ਨਹੀਂ ਲਿਖਿਆ ਸਿਰਫ ਕੁੜੀ ਦਾ ਨਾਮ ਲਿਖਿਆ ਹੋਇਆ ਹੁਣ ਇਹ ਮੈਡੀਸਨ ਇਹਦੀ ਜਿਹੜੀ ਹੈਗੀ ਹੈ ਚੱਲੀ ਇਹ ਦੱਸਦੀ ਹੈ ਭੈਣ ਵੀ ਐਕਸੀਡੈਂਟ ਹੋ ਗਿਆ ਸੀ ਕਿਤੇ ਬੱਸ ਦਾ ਹੁਣ ਉਹ ਕੀ ਹੈ ਸਹੀ ਵੀਹ 4-22 ਅਤੇ ਮਤਲਬ ਹੁਣ ਤਰੀਕ ਅੱਜ ਕਿੰਨੀ ਹੋ ਗਈ ਜਿੱਥੇ ਤੂੰ ਮਿਲੇ ਸੀ ਕਿਹੜਾ ਸ਼ਹਿਰ ਆ ਇਹ ਪਤਾ ਤੈਨੂੰ ਵੀਰ ਜੀ ਨਾਲ ਆਈ ਆ ਮੈਂ ਤੇ ਹਾਂ ਨਹੀਂ ਇੱਥੇ ਤਾਂ ਤੁਸੀਂ ਵੀਰ ਜੀ ਨਾਲ ਆਏ ਜਿੱਥੇ ਵੀਰ ਜੀ ਨੂੰ ਮਿਲੇ ਸੀਗੇ ਉਹ ਕਿਹੜਾ ਸ਼ਹਿਰ ਸੀਗਾ ਜਿਹੜੇ ਸ਼ਹਿਰ ਤੂੰ ਖੜੀ ਆ ਤੈਨੂੰ ਪਤਾ ਤੂੰ ਕਿਹੜੇ ਸ਼ਹਿਰ ਚ ਆਈ ਕਾਹਦੇ ਤੇ ਆਈ ਆ ਤੂੰ ਇੱਥੇ ਬਾਈਕ ਤੇ ਆਈ ਵੀਰ ਜੀ ਨਹੀਂ ਇੱਥੇ ਨਹੀਂ ਉੱਥੇ ਢਾਬੇ ਤੇ ਤੂੰ ਕਿੱਥੋਂ ਆਈ ਸੀ ਭੈਣੇ ਕਿੱਥੋਂ ਆਏ ਸੀ ਤੁਸੀਂ ਉਦੋਂ ਕਾਰ ਚੋਂ ਕਿਹੜੀ ਚੋਂ ਉਤਰੇ ਸੀਗੇ ਜਿਵੇਂ ਜਿੱਥੇ ਗੱਡੀ ਫੜਦੇ ਆ ਨਾ ਕਸ਼ਮੀਰੀ ਗੇਟ ਲਈ ਪਰਚੀ ਉੱਚੀ ਬੰਨ੍ਹ ਤੇ ਵੀਰ ਜੀ ਨੇ ਕਿਹਾ ਬੇਟਾ ਹਲੇ ਕੋਈ ਨਹੀਂ ਮਾਲੇ ਦੀ ਪਰਚੀ ਮਤਲਬ ਸਵੇਰ ਦੀ ਆ ਤੁਸੀਂ ਐਵੇਂ ਕਰੋ ਅਬ ਜੀ ਨਜ਼ਰ ਤੁਸੀਂ ਆਇਓ ਆਪਣੀ ਗੱਡੀ ਉਹ ਤਾਂ ਪੁੱਤ ਬਸ ਉਹ ਬੱਸ ਸਟੈਂਡ ਵਾਲੇ ਪਾਸੇ ਘੰਟਾ ਘਰ ਚੌਂਕ ਵਾਲੀ ਸਾਈਡ ਨਾ ਨਾ ਸਾਡੇ ਤੇ ਗੁੜਗਾਵਾਂ ਤੋਂ ਲੋੜ ਹੁੰਦੀਆਂ ਨੇ ਪੁਲਿਸ ਵਾਲੀ ਲਾਈਨ ਤੋਂ ਹਾਂ ਪਰ ਪੁੱਤ ਹੁਣ ਤੂੰ ਪਤਾ ਹੁਣ ਤੂੰ ਲੁਧਿਆਣੇ ਖੜੀ ਐ ਇਸ ਟਾਈਮ ਲੁਧਿਆਣੇ ਹਾਂ ਲੁਧਿਆਣੇ ਕਿਹਦੇ ਨਾਲ ਆਈ ਸੀ ਤੂੰ ਮੈਂ ਵੀਰ ਜੀ ਨਾਲ ਨਹੀਂ ਵੀਰ ਜੀ ਨਾਲ ਤਾਂ ਪੁੱਤ ਤੂੰ ਇੱਥੇ ਆਈ ਆ ਨਾ ਵੀਰ ਜੀ ਨੂੰ ਕਿੱਥੇ ਮਿਲੇ ਸੀ ਤੁਸੀਂ ਮੈਂ ਇੱਥੇ ਮਿਲੇ ਜਿੱਥੇ ਵੀਰ ਜੀ ਦੱਸ ਰਹੇ ਨੇ ਅਸੀਂ ਬਾਹਰ ਆ ਕੇ ਕਾਲ ਕਰ ਰਹੇ ਪੁਲਿਸ ਲਾਈਨ 'ਚ ਸਾਨੂੰ ਕੋਈ ਕੋਈ ਵੀਕੇਸ਼ਨ ਨਹੀਂ ਦੇ ਰਹੇ ਕਦੋਂ ਦੇ ਫੋਨ ਲਾ ਰਹੇ ਸੀ ਮਤਲਬ ਲਾ ਲਓ 11 ਵਜੇ ਕੇ ਅਸੀਂ ਨਿਕਲੇ ਸੀ ਕੁਛ ਟਾਈਮ 12 ਵਜੇ ਦੇ ਸੀ ਵੀਰ ਜੀ ਨੂੰ ਫਿਰ ਪੁੱਤ ਜਿੱਥੇ ਤੁਸੀਂ ਵੀਰ ਜੀ ਨੂੰ ਮਿਲੇ ਲੁਧਿਆਣੇ ਸ਼ਹਿਰ 'ਚ ਢਾਬੇ ਦੇ ਕੋਲੇ ਉੱਥੇ ਤੁਸੀਂ ਕਿਵੇਂ ਆਏ ਸੀ ਕਾਰ ਤੋਂ ਉਤਰੀ ਸੀ ਆਪਣੇ ਵੀਰਿਆ ਦੇ ਨਾਲ ਉਹ ਵੀਰੇ ਕੌਣ ਸੀ ਪੁੱਤ ਉਹ ਮੇਰੇ ਮਤਲਬ ਸਾਡੇ ਉੱਧਰ ਦੇ ਸੀ ਪਿੰਡ ਦੇ ਉਹ ਕਿੱਥੇ ਮਿਲੇ ਸੀ ਪੁੱਤ ਨੂੰ ਉਹ ਸਾਡੇ ਮਤਲਬ ਜਿੱਥੇ ਗੱਡੀ ਫੜਦੇ ਆ ਨਾ ਜਿੱਥੇ ਸਾਡੀ ਗੱਡੀ ਚ ਓਕੇ ਉਹ ਉਹਨਾਂ ਦਾ ਨਾਮ ਕੀ ਸੀ ਵੀਰੇ ਦਾ ਨਾਂ ਨਹੀਂ ਪਤਾ ਰਸਤੇ 'ਚ ਮਿਲੇ ਸੀ ਤੈਨੂੰ ਨਾ ਗੱਡੀ 'ਚ ਬੈਠੇ ਸੀ ਗੱਡੀ 'ਚ ਬੈਠੇ ਸੀ 500 ਰੁਪਏ ਵੀ ਦਿੱਤਾ ਉਹਨੇ ਮੈਂ ਤਾਂ ਤਾਬਾ ਉੱਬਾ ਜਿੱਥਾ ਸਾਡਾ ਚੱਲਦਾ ਕੁਝ ਦਿਖਾਤਾ ਪੁੱਤ ਇਹਦੇ 'ਤੇ ਤਾਂ ਕੁਛ ਨਹੀਂ ਹੈਗਾ ਜੀ ਇੱਥੇ ਬੇਟੀ ਪੜ੍ਹਾਓ ਬੇਟੀ ਬਚਾਓ ਦੀਆਂ ਗੱਲਾਂ ਕਰਨ ਵਾਲੀ ਸਾਡਾ ਸਰਕਾਰੀ ਸਿਸਟਮ ਅਤੇ ਉਹ ਸਿਸਟਮ ਦੇਖੋ ਕਿੱਦਾਂ ਦਾ ਵਾ ਇਹ ਸਾਡੇ ਸੀਐਮ ਸਾਹਿਬ ਨੂੰ ਬੇਨਤੀ ਆ ਜੇਲਰ ਦੀ ਸਾਡੀ ਚਾਬੀ ਜਿਵੇਂ ਅਸੀਂ ਬੰਦ ਆ ਕਿਸੇ ਹੋਟਲ ਦਾ ਰੂਮ ਦੀ ਚਾਬੀ ਆ ਇਹ ਹੋਟਲ ਦੀ ਨੇ ਸਾਡੀ ਅੰਜੂ ਮੈਮ ਆ ਜਿਹੜਾ ਸਾਡੇ 31 ਨੰਬਰ ਤੇ ਬਾਰਡਰ ਤੇ ਫਰੀਦਾਬਾਦ ਦੇ ਨਵਾਂ ਗੁਰਦੁਆਰਾ ਪੁਲਿਸ ਲਾਈਨ ਦਾ ਬਣਾ ਜਿਹੜੀ ਜਸਲੀਨ ਦੀ ਵਿਆਹ ਹੋਇਆ ਹਲੇ ਉਹ ਅੰਮ੍ਰਿਤਧਾਰੀ ਉਹਨਾਂ ਦਾ ਯੈਲੋ ਚੋਲਾ ਸੀ ਗੁਰਦੁਆਰਾ ਸਾਹਿਬ ਦਾ ਰੂਮ ਆ ਇਹ ਹਾਂਜੀ ਵੀਰ ਜੀ ਜਿਹੜਾ ਮਤਲਬ ਓਲਡ ਫਰੀਦਾਬਾਦ ਤੋਂ ਅੱਗੇ ਬਣਿਆ 11 ਨੰਬਰ ਸਟਾਪ ਤੇ ਹਰਿਆਣਾ ਚ ਘੱਟੋ ਘੱਟ ਜੀ ਸਲਿੱਪਾਂ ਦਾ ਚੇਂਜ ਕਰਵਾ ਦਿਓ ਸਲਿੱਪਾਂ ਦੇ ਜੇ ਲੁਧਿਆਣੇ ਸ਼ਹਿਰ ਦਾ ਹਸਪੀਟਲ ਆ ਜਾਂ ਮੰਨ ਲਓ ਜਿਹੜਾ ਵੀ ਹੈਗਾ ਇਹਦੇ ਸਲਿੱਪ ਦੇ ਥੱਲੇ ਉਹਦਾ ਨਾਮ ਤਾਂ ਆਵੇ ਵੀ ਕਿਹੜੇ ਸ਼ਹਿਰ ਦਾ ਹੁਣ ਕਿੱਥੋਂ ਪਤਾ ਕਰੀਏ ਅਸੀਂ ਜਾ ਕੇ ਭੈਣ ਠੀਕ ਨਹੀਂ ਲੱਗ ਰਹੀ ਪ੍ਰੋਪਰ ਵੀ ਦੱਸ ਨਹੀਂ ਪਾ ਰਹੇ ਨਾ ਟ੍ਰੀਟਮੈਂਟ ਕਿੱਥੋਂ ਚੱਲਿਆ
किस चीज़ का चलिया, एक्सरे लिखे हुए है उपर, है ना, सारा जिहड़ा भी इन्हां दा टेस्ट होए ने उत्थे कुछ वो लिखे, कुछ मेडिसिन उन्होंने जिहड़ी दित्ती आ। हुण आ देखो इहदे कोलों आ चीज़ां मिल रही, 500 दा नोट देखो किदां भैन ने, है ना, बच्चा कैंची टॉफियां किन्ना सड़कां हैं जी, कोई लिया चक के प्लेट ट्रे कुछ चक इत्थे रख, आ ट्रे खाली कर। हाँ एक मिनट भैने, लै पुत लै आई, ਇਹ ਪੁੱਤ ਪਰਚੀ ਕਿਹਨੇ ਦਿੱਤੀ ਤੈਨੂੰ? स्केचर वगैरह है ना सारा इन्हें पता नहीं, मान लो ये सारा कुछ ये कितों ली सी भैने? भी 2021 एक्सपायरी डेट है, काफ़ी टाइम तो जमें बैग जाके मैं होंगी है जी, हाँ 2021 27 नवंबर बेस्ट फोर 10 महीने। अच्छा आ जरा नंबर आ, ये लग्या नहीं, लाया सी आपा लाओ कॉलिंग वाले कॉल तो जरा अपने उस ला ला आप। पैसे किने दिते सी पुत्त? 500 रुपया ठीक है पुत्त, कोई ना आओ आप सारे गुरु अंगद देव जी की बख्शी हुई मिठी और अणमुली दात गुरमुखी बोली पंजाबी सीखण सिखाने की यत्न करिए। बाबा बिंदा सिंह जी बस सोसाइटी सर्कल रजिस्टर ਹੋਰ ਪੁੱਤ ਤੇਰੇ ਪਰਸ 'ਚ ਹੈ ਕੁਛ? ਤੇਰਾ ਆਧਾਰ ਕਾਰਡ ਕਿੱਥੇ ਆ ਪੁੱਤ? ਤੇਰਾ ਵੋਟਰ ਕਾਰਡ, ਆਧਾਰ ਕਾਰਡ, ਤੇਰੇ ਕੋਈ ਕੋਈ ਆਈਡੈਂਟੀ ਪਰੂਫ ਨਹੀਂ ਹੈਗਾ ਕੋਈ ਆਪਣਾ ਪੁੱਤ? ਆ 500 ਰੁਪਏ ਪੁੱਤ ਪਾ ਲਾ ਪਰਸ ਦੇ ਵਿੱਚ, ਇਹ ਚਾਬੀ ਆ ਫੜ ਲਾ, ਆ ਫੜ ਪੁੱਤ ਬੈਗ ਫੜ ਪਹਿਲਾਂ ਆਪਣਾ, ਇਹ ਅੰਬਾਲੇ ਦੀ ਚਾਬੀ ਜੇਲਰ ਦੀ ਆ, ਠੀਕ ਆ ਪੁੱਤ ਠੀਕ ਆ। ਅਤੇ ਇਹ ਅੰਬਾਲੇ ਮਤਲਬ ਕੀ ਆ, ਉਹਦਾ ਨਾਮ ਕੀ ਹੈ ਜੇਲ੍ਹ ਦਾ? ਮਾਡਲ ਮਤਲਬ ਜਿੰਗੀ ਮਤਲਬ ਮਹਿੰਦਰਪੁਰ ਦਾ ਥਾਣਾ ਪੈ ਜਾਂਦਾ 100 ਨੰਬਰ ਦਾ ਸਟੈਂਡ ਬੰਗਲਾ ਸਾਹਿਬ, ਉੱਥੇ ਸੀ ਕੰਟਰੀ ਵਿੱਚ ਮਤਲਬ ਟ੍ਰੇਨ ਹੋਈ ਸੀ ਬੰਗਲਾ ਸਾਹਿਬ। ਕੋਈ ਨਾ ਕੋਈ ਨਾ, ਸਭ ਠੀਕ ਹੋ ਜਾਣਾ, ਆਪਾਂ ਹੁਣ ਚਲੇ ਜਾਣਾ ਉੱਥੇ ਬੰਗਲਾ ਸਾਹਿਬ ਵੀ ਮੱਥਾ ਟੇਕ ਕੇ ਆਵਾਂਗੇ, ਅਸੀਂ ਵੀ ਚੱਲਾਂਗੇ ਨਾਲ ਤੇਰੇ ਬਾਬਾ ਜੀ ਦੇ ਉੱਥੇ ਸਥਾਨ ਤੇ ਮੱਥਾ ਟੇਕਾਂਗੇ ਆਪਾਂ, ਉਹਨਾਂ ਦੀ ਕਿਰਪਾ ਸ਼ੁਰੂ ਹੋ ਗਈ ਹੈ ਹੁਣੇ। ਅਸੀਂ ਸਾਡਾ ਨਵਾਂ ਥਾਣਾ ਬਣਿਆ ਹਲੇ, ਮੇਰਾ ਫਰੈਂਡ ਹੈ ਉੱਥੇ ਰਾਹੁਲ, ਉਹ ਰਾਹੁਲ ਹਾਂ ਉਹ ਜੱਟ। ਤੇਰੇ ਆਪਣੇ ਘਰ ਦਾ ਨੰਬਰ ਬੋਲੀ ਪੁੱਤ ਕੀ ਆ? ਨੰਬਰ ਬੋਲੀ ਭੈਣ, ਨੰਬਰ ਬੋਲ ਪੁੱਤ ਘਰ ਦਾ ਤੇਰੇ ਦਾ ਕੀ ਆ? एक मिनट डायल कर, बोलना नहीं स्पी लाइव नहीं बोलना, इतने डायल कर पुत नंबर। स्पीकर ला रहे पुत, ये कौन बोलूगा? इतने चाचू बोलने के की नाम उन्होंने? ਰਣਜੀਤ ਸਿੰਘ ਕਿੱਥੋਂ? ਸੰਨੀ ਨਾਏ। ਹਾਂ ਕਿੱਥੋਂ? ਅਸੀਂ ਦਿੱਲੀੋਂ। ਇਹ ਦਿੱਲੀ ਤੋਂ ਬੋਲਣਗੇ ਹੁਣ? ਹਾਂਜੀ ਕੰਮ ਮੇਰਾ ਤੇ ਕਰਦੇ। ਹੈਲੋ 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 ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ
हाँ जी सत श्री अकाल जी। सत श्री अकाल जी। मेरे मैं गुरप्रीत सिंह बोल रहा जी, सानू ना एक लड़की मिली आ, गुरप्रीत कौर अपना नाम दस दी आ। असि लुधियाने तो बोलते हैं, तुसी कित्थों बोलदे हो? लुधियाना तो भाई, लुधियाना पहुंची कुड़ी। हाँ जी, तुसी कित्थों बोलदे हो? भाई जी दिल्ली गए। तुहाडे की लगदे आ इह? भाई भतीजी है जी। इह वीरे ठीक नहीं हैगी इह कुड़ी? इह कुड़ी ना थोड़ी दिमागी रूप तों थोड़ी बीमार हैगी। बहुत माड़ी हालत मिली है इतने बेचारी लुधियाने सानू, तो वीर धन्नवाद बाई का बेचारे का जिहड़ा लैके आया उन्हूं रात नूं। हुण तड़के देखो किन्ने बज गए, उधर 5 बज गए, तो 3:30 बजे दे इत्थे साडे कोले आए हुए ने, तो रात बेचारी पता नहीं शहर च किद्दां भटकदी आई है लुधियाने च। किदों घरों किदों गई है कुड़ी? इह हुण किन्ना टाइम हो गया इहनूं घरों? 3-4 दिन हो गए सारे ते लभदे पए ने। 3-4 ਦਿਨਾਂ ਤੋਂ ਗੁੰਮੀ ਹੋਈ ਆ? ਹਾਂਜੀ ਠੀਕ ਆ। 3-4 ਦਿਨਾਂ ਤੋਂ ਤੁਹਾਨੂੰ ਕਿਸੇ ਨੇ ਕਾਲ ਨਹੀਂ ਕੀਤਾ? ਐ ਨਾ ਐ ਕੁੜੀ ਪਹਿਲੀ ਪਹਿਲਾਂ ਵੀ ਨਿਕਲ ਜਾਂਦੀ ਸੀ ਘਰੋਂ ਆ ਗਈ। ਨਹੀਂ ਤੁਹਾਨੂੰ ਪਹਿਲਾਂ ਨਹੀਂ ਕਾਲ ਆਇਆ ਕਿਸੇ ਦਾ? ਪਹਿਲਾਂ ਕਾਲ ਆਇਆ ਕਿਸੇ ਦਾ ਤੁਹਾਨੂੰ? ਨਹੀਂ ਕੋਈ ਕਾਲ ਨਹੀਂ ਆਇਆ ਬਾਜੀ ਮੈਨੂੰ। ਤੂੰ ਕੁੜੀ ਨੂੰ ਤੂੰ ਪੁੱਤ ਨੰਬਰ ਨਹੀਂ ਦਿੱਤਾ ਸੀ ਕਿਸੇ ਨੂੰ? ਤੂੰ ਪਹਿਲਾਂ ਨਹੀਂ ਕਾਲ ਲਾਇਆ ਵੀਰੇ ਨੂੰ, ਚਾਚਾ ਜੀ ਨੂੰ? ਇਹਦੇ ਮੰਮੀ ਪਾਪਾ ਕਿੱਥੇ ਨੇ ਵੀਰੇ? ਇਹਦੇ ਮੰਮੀ ਡੈਡੀ ਐਕਸਪਾਇਰ ਗਏ ਬਾਜੀ। ਓਕੇ। ਇਹਦੇ ਭੈਣ ਭਰਾ ਕੋਈ? ਇਹਦੇ ਦੋ ਭੈਣ ਦੀ ਦੋ ਭੈਣਾਂ ਨੇ, ਇੱਕ ਤਾਂ ਵੱਡੀ ਹੋ ਗਈ ਵਿਆਹੀ ਹੋਈ ਹੈ, ਇੱਕ ਛੋਟੀ 12 ਸਾਲ ਦੀ, ਉਹ ਤੁਹਾਡੇ ਕੋਲ ਹੀ ਹੈ। ਇਹ ਉਹ ਤੁਹਾਡੇ ਕੋਲ ਤੁਹਾਡੇ ਕੋਲ ਹੈ ਛੋਟੀ? ਇਹਦਾ ਕੀ ਨਾਮ ਹੈ ਕੁੜੀ ਦਾ? ਗੁਰਪ੍ਰੀਤ ਕੌਰ ਹੀ ਜਿਹੜਾ ਦੱਸਦੀ ਆ ਇਹ? ਗੁਰਪ੍ਰੀਤ ਕੌਰ, ਇਹਦਾ ਨਾਮ ਵੈਸੇ ਇਹਨੂੰ ਨੀਤੂ ਕਹਿੰਦੇ ਆ ਅਸੀਂ ਪਿਆਰ ਨਾਲ। ਨੀਤੂ? ਹਾਂਜੀ ਠੀਕ ਹੈ ਵੀਰੇ। ਨੀਤੂ ਭੈਣ ਨੂੰ ਮੰਨ ਲਓ ਤੁਸੀਂ ਦੱਸ ਦਿਓ 3-4 ਦਿਨ ਪਹਿਲਾਂ ਚਲੇ ਗਈ ਸੀ ਇਹ? ਹਾਂਜੀ ਹਾਂਜੀ ਠੀਕ ਆ। ਇਹਦੇ ਮੰਮੀ ਡੈਡੀ ਦੀ ਕਿੱਦਾਂ ਡੈਥ ਹੋ ਗਈ ਸੀ? ਇਹਦੀ ਮੰਮੀ ਨੂੰ ਥੋੜੀ ਬਾਜੀ ਅਦੋਂ ਦਾ ਅਟੈਕ ਪਿਆ ਸੀ। ਓਕੇ। ਤੇ 2002 ਚ ਇਹਦੀ ਮੰਮੀ ਐਕਸਪਾਇਰ ਹੋ ਗਈ ਸੀ, ਇਹਦੇ ਡੈਡੀ 2011 ਚ ਪੂਰੇ ਹੋ ਗਏ। ਉਹ ਬਿਮਾਰ ਹੈ ਗਈ ਸੀ, ਉਹਨਾਂ ਨੂੰ ਪੱਤੀ ਦਾ ਆਪਰੇਸ਼ਨ ਕਰਾਇਆ ਸੀ ਉਹਦਾ। ਓਕੇ। ਉਦੋਂ ਜਾ ਉਦੋਂ ਇਹ ਠੀਕ ਸੀਗੀ ਜਮਾ? ਹਾਂਜੀ ਉਦੋਂ ਇਹ ਨੀਤੂ ਭੈਣ ਠੀਕ ਸੀ ਬਿਲਕੁਲ ਉਸ ਟਾਈਮ? ਹਾਂ ਉਸ ਟਾਈਮ ਠੀਕ ਠੀਕ ਹੈ ਗਈ ਸੀ। ਸਕੂਲੇ ਵੀ ਪੜ੍ਹਦੇ ਰਹੇ? ਕੋਈ ਬੱਚਾ ਇਹਨਾਂ ਦਾ? ਇਹਦੀ ਏਜ ਕਿੰਨੀ ਹੈ ਕੁੜੀ ਦੀ? ਨੀਤੂ ਦੀ ਕੁੜੀ ਦੀ ਏਜ ਕਿੰਨੀ ਹੈ? ਨੀਤੂ ਦੀ 20 ਸਾਲ। ਇਸ ਹਾਲਾਤ ਚ ਵਿਆਹ ਤਾਂ ਤੁਸੀਂ ਇਹਨੂੰ ਦਿਮਾਗੀ ਆ ਇਸ ਹਾਲਾਤ ਚ ਦਵਾਈ ਦਵੂਈ ਦਵਾਈ ਕਰਾਇਆ? ਹੱਥ ਪੁੱਤ ਐ ਕਰੀ, ਹੱਥ ਐ ਕਰ ਆਪਣੇ ਦੋਨੇ ਹੱਥਾਂ ਠੀਕ ਨੀ ਤੇਰਾ? ਏਦਾਂ ਕਰ, ਇੱਥੇ ਇੱਥੋਂ ਚੱਕ ਕੇ ਪੁੱਤ, ਚੱਕਿਆ ਨੀ ਜਾਂਦਾ, ਐਂ ਕਰ ਚੱਕ ਹੱਥ। ਅੱਛਾ ਕੰਮ ਨੀ ਕਰਦਾ ਇਹ ਹੱਥ? ਐ ਮੇਰੀ ਉਂਗਲੀ ਘੁੱਟ ਪੁੱਤ, ਪੂਰੀ ਘੁੱਟ ਦੇ ਪੂਰੀ, ਪੂਰਾ ਜ਼ੋਰ ਲਗਾ ਕੇ। ਅੱਛਾ ਬਾਂਹ ਵੀ ਘੱਟ ਕੰਮ ਕਰਦੀ ਹੈ? ਇਹ ਪਹਿਲਾਂ ਤੋਂ ਹੀ ਬਾਂਹ ਘੱਟ ਕੰਮ ਕਰਦੀ ਹੈ ਜੀ? ਹੈਂਜੀ ਐਕਸੀਡੈਂਟ ਹੋ ਗਿਆ ਸੀ ਇਹਦਾ? ਇਹ ਕਦੋਂ ਹੋਇਆ ਸੀ ਐਕਸੀਡੈਂਟ ਵੀਰੇ? 24 ਦਸੰਬਰ ਨੂੰ ਦੱਸ ਰਹੀ ਹੈ ਉਹ ਡੇਟ, ਉਹਨੂੰ ਵੀ ਯਾਦ ਆ। ਤੇ ਇੱਕ ਇਹ ਹੁਣ ਹਸਪੀਟਲ ਦੀ ਸਲਿੱਪ ਲਈ ਫਿਰਦੀ ਹੈ ਕੁੜੀ, ਇਹ ਲੁਧਿਆਣੇ ਆਪਣੇ ਇੱਥੋਂ ਪਤਾ ਨਹੀਂ ਲੁਧਿਆਣੇ ਦੀ ਪਤਾ ਨਹੀਂ ਕਿੱਥੋਂ ਕਿਤਾਬਾਂ, ਇਹਦੇ ਕੋਲ ਤਾਂ ਕੁਛ ਨਹੀਂ ਵੀਰੇ, ਇੱਕ ਪਰਸ ਜਿਹਾ ਇਹਦੇ ਕੋਲ ਤਾਂ, ਇੱਕ ਬਸ ਉਹਦੇ ਵਿੱਚ 500 ਰੁਪਇਆ ਨਿਕਲਿਆ, ਕੁਛ ਕਾਗਜ਼ ਨਿਕਲਿਆ, ਇੱਕ ਸਿਵਲ ਹਸਪੀਟਲ ਹੈਲਥ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਅੱਛਾ ਜੀ
ਅੱਗੇ ਵੀ ਅੱਗੇ ਵੀ ਇਹ ਤਾਂ ਦੂਰ ਚਲੇ ਜਾਂਦੀ ਆ ਠੀਕ ਹੈ ਵੀਰੇ ਦੇਖੋ ਤੁਸੀਂ ਪਹਿਲਾਂ ਤਾਂ ਫਿਕਰ ਨਾ ਕਰੋ ਤੁਸੀਂ ਸਾਡੀ ਇੱਕ ਸੰਸਥਾ ਵਾ ਐਨ ਜੀ ਓ ਆ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਅਸੀਂ ਲਵਾਰਸ ਬੰਦਿਆਂ ਨੂੰ ਚੱਕਦੇ ਹਾਂ ਜਿਵੇਂ ਕਿਸੇ ਦੇ ਕੀੜੇ ਪਏ ਕੋਈ ਮੰਨ ਲਓ ਡਿਸੇਬਲ ਆ ਕੋਈ ਬਲਾਈਂਡ ਆ ਸੜਕਾਂ 'ਤੇ ਪਏ ਨੇ ਕੋਈ ਗੁਲਾਮ ਬਣਾ ਕੇ ਰੱਖੇ ਹੋਏ ਨੇ ਘਰਾਂ 'ਚ ਜਾਂ ਬਹੁਤ ਮਾੜੀ ਹਾਲਤ 'ਚ ਨੇ ਹੈ ਨਾ ਇੱਦਾਂ ਦੇ ਨੂੰ ਅਤੇ ਇਹ ਭੈਣ ਵਾਸਤੇ ਵੀ ਜਿਹੜੇ ਵੀਰੇ ਨੇ ਸਾਨੂੰ ਦੱਸਿਆ ਉਹ ਵੀ ਸਾਡੀਆਂ ਵੀਡੀਓ ਦੇਖਦਾ ਸੀਗਾ ਵੀਰਾ ਅਤੇ ਉਹਨੇ ਸਾਨੂੰ ਬਾਈ ਨੇ ਕੀ ਨਾਂ ਦੱਸਿਆ ਵੀਰੇ ਤੁਸੀਂ ਆਪਣਾ ਹੈਂ ਪਵਨ ਆ ਵੀਰ ਉਹਨੂੰ ਇਹ ਭੈਣ ਸੜਕ 'ਤੇ ਮਿਲੀ ਅਤੇ ਇਹਨੇ ਆਵਾਜ਼ ਮਾਰੀ ਵੀਰਾ ਕਹਿ ਕੇ ਉਹਨੂੰ ਨਹੀਂ ਬਚਾਉਣ ਵਾਲਾ ਕੋਈ ਨਹੀਂ ਸਾਡਾ ਫਰਜ਼ ਆ ਇਹ ਬਿਲਕੁਲ ਸਾਡੇ ਕੋਲ ਸੇਫ ਆ ਇੱਥੇ ਭੈਣ ਆਪਾਂ ਇਹਦਾ ਟ੍ਰੀਟਮੈਂਟ ਵੀ ਕਰਾਵਾਂਗੇ ਸਾਡੇ ਕੋਲ ਇੱਥੇ ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਪੇਸ਼ੈਂਟ ਨੇ ਫਿਕਰ ਨਾ ਕਰੋ ਤੁਸੀਂ ਆ ਜਾਓ ਜੀ ਤੁਸੀਂ ਨਾ ਵੀਰੇ ਤੁਸੀਂ ਆਵੋ ਪਰ ਤੁਹਾਡੀ ਸਪੋਰਟ ਦੀ ਲੋੜ ਪਊਗੀ ਸਾਨੂੰ ਅਸੀਂ ਵੀ ਤਾਂ ਹੀ ਹੈਲਪ ਕਰ ਪਾਵਾਂਗੇ ਜੇ ਤੁਸੀਂ ਸਪੋਰਟ ਕਰੋਗੇ ਤੁਸੀਂ ਸਾਨੂੰ ਆ ਇਹਦੀ ਪੂਰੀ ਡਿਟੇਲ ਦੱਸ ਦਿਓ ਹੈ ਨਾ ਵੀ ਇਹ ਕਿੱਦਾਂ ਸੀ ਡਾਕਟਰ ਨੂੰ ਦੱਸ ਦਿਓ ਵੀ ਇਹ ਕਿੰਨੇ ਸਮੇਂ ਤੋਂ ਸੀ ਇੱਦਾਂ ਨਾ ਪੂਰੀ ਹਿਸਟਰੀ ਤਾਂ ਫਿਰ ਆਪਾਂ ਇਹਦਾ ਅੱਗੋਂ ਟ੍ਰੀਟਮੈਂਟ ਸ਼ੁਰੂ ਕਰਾ ਲਾਂਗੇ ਕੋਈ ਨਾ ਠੀਕ ਹੈ ਤੁਹਾਡੇ ਬ੍ਰਦਰ ਦੀ ਬੇਟੀ ਆ ਕੋਈ ਨਾ ਵੀਰੇ ਕੋਈ ਨਾ ਤੁਸੀਂ ਫਿਕਰ ਨਾ ਕਰੋ ਇਹਦਾ ਮੰਨ ਲਓ ਦਿੱਲੀ 'ਚ ਇਹਦਾ ਆਪਣਾ ਘਰ ਬਾਰ ਹੈਗਾ ਵਾ ਦਿੱਲੀ 'ਚ ਇਹਦਾ ਘਰ ਬਾਰ ਹੈਗਾ ਆਪਣਾ ਠੀਕ ਹੈ ਠੀਕ ਕਿੱਥੇ ਰਹਿੰਦੇ ਦਿੱਲੀ ਜੰਗੀਰਪੁਰੀ ਮੈਟਰੋ ਸਟੇਸ਼ਨ ਦੇ ਕੋਲ ਚਲੋ ਵੀਰੇ ਥੈਂਕ ਯੂ ਤੁਸੀਂ ਫੋਨ ਵੀ ਚੱਕਿਆ ਤੇ ਅਸੀਂ ਨੰਬਰ ਤੁਹਾਡਾ ਨੋਟ ਕਰ ਲੈਂਦੇ ਹਾਂ ਤੁਸੀਂ ਸਾਡਾ ਨੰਬਰ ਨੋਟ ਕਰ ਲਿਓ ਤੇ ਆਪਾਂ ਸੰਪਰਕ 'ਚ ਰਹਾਂਗੇ ਵੀਰੇ ਕੋਈ ਨਾ ਤੁਸੀਂ ਆ ਜਾਓ ਹੈ ਨਾ ਕਦੋਂ ਕੁ ਆ ਜਾਓਗੇ ਤੁਸੀਂ ਸ਼ਾਮ ਤੱਕ ਗੂਗਲ ਪੇ ਕਰ ਦਿੰਦੇ ਜਾਂ ਕਿਸੇ ਤਰੀਕੇ ਕੋਈ ਗੱਲ ਨੀ ਤੁਸੀਂ ਫਿਕਰ ਨਾ ਕਰੋ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ ਤੇ ਤੁਸੀਂ ਆਓ ਮੇਰਾ ਵੀਰ ਬਣ ਕੇ ਠੀਕ ਹੈ ਨਾ ਕੋਈ ਗੱਲ ਨਹੀਂ ਤੁਸੀਂ ਆ ਜਾਓ ਅਤੇ ਜਾਂ ਸਾਨੂੰ ਦਿਨੇ ਆਪਾਂ ਫੋਨ ਕਰ ਲਿਓ ਉੱਠ ਕੇ ਅਤੇ ਆਪਾਂ ਸੰਪਰਕ ਕਰਦੇ ਹਾਂ ਅਤੇ ਤੁਹਾਨੂੰ ਜੇ ਕਿਰਾਏ ਭਾੜੇ ਦੀ ਕੋਈ ਲੋੜ ਆ ਅਸੀਂ ਦੇ ਦਾਂਗੇ ਜਾਂ ਸਾਡੇ ਦਿੱਲੀ ਟੀਮ ਦੇ ਮੈਂਬਰ ਹੈਗੇ ਆ ਤੁਹਾਨੂੰ ਕੋਈ ਨਾ ਕੋਈ ਮਿਲ ਲੂਗਾ ਆ ਕੇ ਉਹ ਕੋਈ ਨਾ ਆ ਗੱਲ ਕਰਿਓ ਨੀਤੂ ਨਾਲ ਗੱਲ ਕਰਿਓ ਕਰ ਪੁੱਤ ਗੱਲ ਚਾਚਾ ਜੀ ਨਾਲ ਗੱਲ ਕੀ ਨਾਮ ਆ ਚਾਚਾ ਜੀ ਦਾ ਤੂੰ ਦੱਸਿਆ ਸੀ ਹੁਣ ਦੱਸ ਪੁੱਤ ਨਾਮ ਕੀ ਗੱਲ ਕਰ ਚਾਚਾ ਜੀ ਨਾਲ ਜੇ ਤੇਰੇ ਮਨ 'ਚ ਚਾਚਾ ਜੀ ਨਾਲ ਗੱਲ ਕਰ ਦੱਸ ਦੇ ਕੇ ਚਾਚਾ ਜੀ ਮੇਰੇ ਤੋਂ ਤਾਂ ਚੀਜ਼ਾਂ ਸਾਰੀਆਂ ਲੈ ਗਏ ਉਹ ਫੜ ਕੇ ਕਿਤਾਬਾਂ ਵੀ ਖੋਲੀਆਂ ਮੇਰੀਆਂ ਨਾਲ ਫੜ ਕਰ ਗੱਲ ਆਹ ਚਾਚਾ ਜੀ ਨਾਲ ਗੱਲ ਕਰਕੇ ਦੱਸ ਪੁੱਤ ਨੀਤੂ ਆਹ ਲੈ ਫੜ ਕਰ ਗੱਲ ਪੁੱਤ ਚਾਚਾ ਜੀ ਨੇ ਤੇਰੇ ਆਹ ਲੈ ਫੜ ਆ ਬੋਲਿਓ ਵੀਰੇ ਤੁਸੀਂ ਦੱਸਦੇ ਕਿਹੜੇ ਕੱਪੜੇ ਲੈ ਕੇ ਆਉਣ ਲੈ ਆਉਣਗੇ ਤੇਰੇ ਚੱਕ ਕੇ ਕੱਪੜੇ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਘਰ ਲੱਭ ਗਿਆ ਵੱਡੀ ਗੱਲ ਤਾਂ ਇਹ ਆ ਕੀ ਗੱਲ ਹੋ ਗਈ ਪੁੱਤ ਮਾਰਦੇ ਤੈਨੂੰ
ਕੀ ਗੱਲ ਵੀਰੇ ਡਰਦੀ ਇਹਦੇ ਉੱਤੋਂ ਜਾਂ ਕਿਵੇਂ ਆ? ਡਰਦੀ ਬਾਜੀ ਬਸ ਹੈਗੀ ਆ ਵੀ ਥੋੜੀ ਬੜਾ तू ही प्यो है, तू ही मां इस टाइम है ना, चाचा वा तू भाई तेरे सिर पे ही है, भरा तेरा चलिया गया ना, भाभी भी चले गई दुनिया तो, जेडे सिस्टर है वड्डी एदी जां छोटी है ना, छोटी छोटे कोल रहिंदी छोटी भी छड्डी साडी कोली भाजी? ठीक है ठीक है ठीक है। ओ 12 साल दी कुड़ी भाजी, मेरे भी दो बच्चे ने अपने, स्टील एक दी वड्डी भैन स्टील लगला काजी कुड़ी दा, एवी वड्डी भैन दा। अच्छा ओ किवें उस आपदे घरे सही आ? परिवार नूं दस्सिया सी तुसीं सारा वी जी एदां होई सी, परिवार नूं दस्स के कीता सी? हांजी हांजी हरियाणे ओके ਬਾਜੀ ਅਸੀਂ ਤਾਂ ਦੇਖੋ ਅਸੀਂ ਵੀ ਬਹੁਤ ਜਗ੍ਹਾ ਨੂੰ ਦਿਖਾਇਆ, ਡਾਕਟਰ ਨੂੰ ਦਿਖਾਇਆ, ਪਰ ਕੋਈ ਕਹਿੰਦਾ ਨਹੀਂ ਇਹਨੂੰ ਦਿੱਕਤ ਹੈਗੀ, ਲੇਕਿਨ ਦਿੱਕਤ ਬਹੁਤ ਤਕੜੀ ਹੈਗੀ ਬਾਜੀ ਯਾਰ। ਫਿਕਰ ਨਾ ਕਰੋ, ਤੁਹਾਨੂੰ ਸਾਰਾ ਸਿਸਟਮ ਦਿੱਲੀ 'ਚ ਵੀ ਸਾਡੇ ਮੈਂਬਰ ਉੱਥੇ ਵੀ ਤੁਹਾਡੀ ਮਦਦ ਕਰਨਗੇ, ਉੱਥੇ ਵੀ ਦਵਾਈ ਆਪਾਂ ਸ਼ੁਰੂ ਕਰਾ ਦਾਂਗੇ, ਤੁਸੀਂ ਟੈਨਸ਼ਨ ਨਾ ਲਵੋ, ਪਰ ਵੀਰ ਬਣ ਕੇ ਤੁਸੀਂ ਸਪੋਰਟ ਕਰੋ, ਸਾਡਾ ਸਾਥ ਦਿਓ, ਆਪਾਂ ਇਹਦੀ ਇਹਦੀ ਬੱਚੀ ਦੀ ਜ਼ਿੰਦਗੀ ਦੇ ਵਿੱਚ ਕੁਝ ਚੰਗਾ ਕਰ ਸਕੀਏ। ਦਾਦੀ ਮਾਂ, ਦਾਦੀ ਨਾਲ ਗੱਲ ਕਰਨੀ ਆ? ਦਾਦੀ ਮਾਂ ਨਾਲ, ਦਾਦੀ ਮਾਂ ਤਾਂ ਬਾਹਲਾ ਪਿਆਰ ਕਰਦੀ ਤੈਨੂੰ, ਦਾਦੀ ਮਾਂ ਤਾਂ ਕਹਿੰਦੀ ਗੁਰਪ੍ਰੀਤ ਮੇਰੀ ਕਿੱਥੇ ਨੀਤੂ? ਹੈਲੋ, ਆ ਕਰਿਓ ਜੀ ਗੱਲ ਨੀਤੂ ਨਾਲ, ਨੀਤੂ ਕਰ ਗੱਲ ਪੁੱਤ, ਤੂੰ ਕੱਟ ਦਿੱਤਾ ਨੀਤੂ ਫੋਨ, ਦਾਦੀ ਨਾਲ ਤਾਂ ਗੱਲ ਕਰ ਲਾ ਨਾ ਪੁੱਤ, ਕਰ ਲਾ, ਦਾਦੀ ਆ, ਦਾਦੀ ਮਾਂ ਨਹੀਂ, ਦਾਦੀ ਮਾਂ ਵਾ, ਦਾਦੀ ਮਾਂ, ਦਾਦੀ ਮਾਂ ਨਾਲ ਤਾਂ ਗੱਲ ਕਰ ਲਾ, ਦਾਦੀ ਮਾਂ ਨਾਲ ਵੀ ਨਹੀਂ ਕਰਨੀ, ਕੁੱਟਦੇ ਆ ਗੱਲ, ਕੁੱਟਦੀ ਨਹੀਂ ਦਾਦੀ ਮਾਂ, ਮਾਰਨ ਨੂੰ ਫਿਰਦੇ ਤੈਨੂੰ, ਗਲਾ ਦਬਾ ਦਿੰਦੇ ਤੇਰਾ, ਤਾਂ ਸਾਡੀ ਕੁੜੀ ਬਲੈਕ ਕਮਾਂਡੋ ਆ, ਤੈਨੂੰ ਏਦਾਂ ਨਹੀਂ ਭੇਜਾਂਗੇ ਅਸੀਂ ਇਕੱਲੀ ਨੂੰ ਉੱਥੇ, ਠੀਕ ਆ, ਅਸੀਂ ਪੂਰੀ ਸੇਫਟੀ ਕਰਕੇ ਨਾ ਗੱਲ ਨਾ ਘੁੱਟ ਆਪਣਾ, ਅਸੀਂ ਪੂਰੀ ਸੇਫਟੀ ਨਾਲ ਭੇਜਾਂਗੇ ਤੈਨੂੰ ਠੀਕ ਕਰਕੇ, ਠੀਕ ਆ, ਤੂੰ ਫਿਕਰ ਨਾ ਕਰ, ਹੁਣ ਤੈਨੂੰ ਕੋਈ ਨਹੀਂ ਕੁੱਟੂਗਾ, ਹੁਣ ਤੇਰਾ ਗੁਰਪ੍ਰੀਤ ਵੀ ਵੀਰਾ ਵਾ, ਠੀਕ ਹੈ ਗੁਰਪ੍ਰੀਤ, ਪਰ ਇੱਕ ਵਾਰੀ ਗੱਲ ਕਰ ਲਾ, ਉਹਨਾਂ ਨੂੰ ਐਂ ਹੋਊਗਾ ਸਾਡੇ ਤੇ, ਅਗਲਾ ਸੋਚਦਾ ਪਤਾ ਨਹੀਂ ਕਿੱਥੇ ਆ ਕੁੜੀ, ਵੀ ਕੁੜੀ ਗੱਲ ਵੀ ਨਹੀਂ ਕਰ ਰਹੀ, ਖਣੀ ਕੁੜੀ ਮਾਰ ਨਾ ਦਿੱਤੀ ਹੋਵੇ, ਉਹ ਨਾ ਕਰ, ਜਿਹੜਾ ਅਕਵਾਲ ਵੀਰ ਜੀ ਆ ਉਹ ਕੀ ਲੱਗਦਾ ਤੇਰਾ? ਚਾਚੂ ਦਾ ਕੀ ਨਾਂ ਜਿਹਨੂੰ ਤੁਸੀਂ ਫੋਨ ਲਗਾਇਆ ਹੁਣ? ਪਰਮਜੀਤ ਸਿੰਘ। ਪੰਮੇ ਤੇ ਦਾਦੀ ਦਾ ਕੀ ਨਾਮ ਆ? ਦਾਦੀ ਦਾ ਲੇਟ ਸਤਨਾਮ ਸਿੰਘ ਦਾਦੂ ਆ, ਸਰਗੀ ਦਾਦੀ ਆ, ਪ੍ਰੀਤਮ
प्रीतम कौर, प्रीतम कौर दादी ने तो गल कर ला, फिर उन्होंने तो एक बार बात सुना दे अपनी, तू कह दादी मैं ठीक हाँ, कोई ना पुत दादियां, मैं दादियां तो कोई ना पुत गुस्से च कहता होगा दादी ने, गुस्सा ना कर, तू रो ना पुत। चलो भीरे कोई ना, असीं इहनू हौली हौली है ना समझाउने आ, थोड़ा है ना ये भी डरी हुई है बेचारी जां किदां है ना, किहड़े हालात आ, तुहानूं भी पता जवान कुड़ी आ किदां किदां ये बेचारी इत्थे पहुंची होगी है ना लुधियाने तो ते दिल्ली तो, अपना सफर पता ही है किन्ना फासला वा, ते बस बेनती है तुसीं साडा साथ दिओ, तुसीं आ जाओ, असीं तुहाडे कोल दिन भेजदे आ किसे नूं, हुण ते 7 बजे 8 बजे कोई ना कोई मैंबर साडा आऊगा, तुहानूं कोई जिहड़ा इत्थों ट्रेन दा टिकट वगैरा करा देणगे उह, ठीक है जी, ठीक है जी, ठीक है जी। लेकिन बच्ची ने पता नहीं, क्योंकि कई बार ना जो असी भी केस रोज़ देखते हैं बहुत परिवारों के इदा दी किसी के घर च बच्ची आ जा बेटा जा बेटी आ, माँ बाप जा परिवार के मैंबर समझ नहीं पाते गए, वो फिर जबरदस्ती जा कुटमार करते जा बंद कर देंगे जा बंद देंगे अंदर, तो फिर बच्चों के मन च होर ज़्यादा डर बैठ जाता है ना। हुण इहदे नाल भी बच्ची नाल, क्योंकि माँ प्यो सिर ते नहीं, देखो इहदा डिप्रैशन जाण दा कारण ही इह आ, माँ भी इस दुनिया तो चले गई है, प्यो भी इस दुनिया तो चलिया गया, तो फिर बच्चे दे ब्रेन दे उत्ते इन्हां चीज़ां दा असर होना लाजमी आ। पर बहुत ज़्यादा धन्नवादी हाँ असीं भवन दे वीर दे जिन्हें रिस्क भी लिया वीरे ने, असीं जदों इत्थे आए तड़के दे मैनूं लगदा वी तूं 3 बजे फोन कीता है ना, तो 3 बजे कॉल की जो असी टीम के मैंबर भेजे तो असी क्या भी थाने फोन कर दें 100 नंबर पर, तो 100 नंबर पर कॉल कर भीर डर लग गया इन्हें, क्या क्योंकि साढ़े को डर कि पुलिस का दिमाग साढ़े दहशत कि देखो, ये कहना भीर 100 नंबर पर फोन ना करो भी मेरे मैनू वो उलझा लेंगे भी जवान कुड़ी है भी कितों लिया की आ किमें आ, भी मैं तो सिर्फ सोचा भी थोड़े को ले आना भी मैं थोड़े पर विश्वास से, वीडियो देखता से मैं उतो रिस्क लैके 12 बजे 12:30 बजे उतो तुरया बई लैके, तो कुड़ी नू इस जवान कुड़ी नू इत्थे पहुंचया बाई लैके है ना, तो इन्हें अपने वालों अपनी जिहड़ी ड्यूटी सी वो पूरी की, पर पुलिस के प्रति डर, पुलिस के प्रति डर देखो भवन के दिमाग च भी, जो असीं 100 नंबर की गल की कहना भीरे सॉरी मैं सॉरी पैरी मत्था लाने लग गए मेहनत करन लग गए बई मैं उत्थे छड्डे आना वापस जिथों मैं लैके आया रहन दो कोई गल नहीं तुसीं मैं अपने आप भैन नू उत्थे छड्डे आना, इन्ना ज़्यादा दहशत आ। फिर दूसरी गल ये आ भी जिहड़ा धन्यवाद है इन्ह वीर का, ये दोनों वीर अपनी ड्यूटियां करते हैं इतने पैलेस है साढ़े पिंड वाले राह से उत्थों अपनी ड्यूटी तो आए थे, ये रात को देखो वाहगुरु किदा सबब बना, वीर तो उत्थे खड़ा सी सड़क पर क्योंकि साढ़े रात को कॉल फोन अटेंड नहीं होए तड़के दे हुण 2:30 बजे हुए फोन कितने अटेंड होंगे, तो फिर ये वीर शायद मुड़ जाता जिते आके दरवाजा खड़का लेंदा ज रौला इतने आके कोई गल कर लेंदा शायद, ता भी साढ़े वलंटियर ने उठ खड़ना सी किसी ना किसी ने, यो बाहर सड़क पर खड़ा सी गेट पर उत्तों लंघे जाते हैं, इन्होंने गड्डी आपका रोक लिया साधन मोटरसाइकिल भी की गल होगी तू कुड़ी ले इतने खड़ा, सुभाविक गल आ हर बंदा 2 बजे हुण रात तड़के दे ते टेंशन तो लूगा इस गल की, तो फिर ये इतने लैके आए गेट पर इन्हें आके मैं हरजीत ने कॉल की, मैं फोन इस तरीके चक्या मैनू ए लग्या क्योंकि ताया जी का बेटा बिल्कुल सामने घर नाल अमन सामने, मैनू इदा लग्या भी कहीं घर के ना कोई गल हो गई हो जो इन्ने बजे तड़क्यों कॉल कर रहा भी कोई समस्या ही होगी, एकदम कॉल तो जो गल हुई तो इन्हें दसिया भी वीरे इदा करके एक बेटी मिली है सानू कुड़ी सड़क के उत्तों भी ये वीरा इतने सड़क पर ले खड़ा सीगा, तो फिर असी वलंटियर भेजे मैं थले उन्होंने गल की हाँ लै जाओ वाशरूम जाया, तो फिर भैन उन्होंने उठाया फिर असी आप उठ के आए, तो जो देखा भी कुड़ी जवान आ दिमागी भी ठीक नहीं हैगी तो कुछ पता भी नहीं लग रहा, तो वो हॉस्पिटल की स्लिप सी, तो ये जरूर भगवंत सिंह मान जी को बेनती है प्रधान मुख्यमंत्री साहब न भी आ स्लिप तो देख के तुसी पता करके दस्यो जी भी ये किहड़े हस्पताल दी आ, शायद थोनू पता लग जाए थोनू भी हुण हो गया 1.5 महीना तकरीब हेल्थ मिनिस्टर नू पता होगा शायद पंजाब दे नू भी ये स्लिप किहड़े हस्पताल दी, देखो किद्दा घटिया सिस्टम आ साडा भी हस्पताल का एड्रैस भी नहीं दिता हुआ भी किहड़े लुधियाने का मोगे का अमृतसर का कितों आ ये भैन किहड़े हॉस्पिटल चो आई है बेचारी 20/4/22 मतलब अज दी तरीक आ है ना, अज तरीक हुण 20 आ 21 हो गई मतलब जानी कि आपां नूं 20 तरीक रात नूं मिली मतलब
ਮਤਲਬ ਕੱਲ੍ਹ ਜਾਂ ਤਾਂ ਇਹ ਹਸਪਤਾਲ 'ਚ ਕਿਸੇ ਨੇ ਇਹਨੂੰ ਐਡਮਿਟ ਕਰਾਇਆ, ਜਿੰਨਾ ਫਲੂਟ ਵਗੈਰਾ ਵੀ ਲੱਗਿਆ ਹੋਇਆ ਇਹਦੇ, ਹੈ ਨਾ, ਟ੍ਰੀਟਮੈਂਟ ਵੀ ਹੋਇਆ, ਫਿਰ ਉਹਨਾਂ ਨੇ ਅੱਜ ਆਹ ਦਵਾਈ ਵੀ ਦੇ ਕੇ ਭੇਜੀ ਆ 10 ਦਿਨ ਦੀ, ਅਤੇ ਫਿਰ ਇਹ ਸਲਿੱਪ ਦੀ ਹਾਲਤ ਦੇਖੋ ਕੀ ਆ, ਉਹਨੇ 24-12 ਘੰਟਿਆਂ ਦੇ ਵਿੱਚ ਸਲਿੱਪ ਦੀ ਹਾਲਤ ਇੰਨੀ ਕਿਵੇਂ ਬੁਰੀ ਹੋ ਸਕਦੀ ਆ, ਇਹ ਵੀ ਸਮਝ ਤੋਂ ਪਰੇ ਆ। ਪਰ ਇੱਕ ਗੱਲ ਇਹ ਗੱਲ ਸਮਝ ਜ਼ਰੂਰ ਆ ਗਈ ਵੀ ਬੱਚੀ ਦਾ ਘਰ ਲੱਭ ਗਿਆ, ਉਹਨੇ ਆਪ ਹੀ ਨੰਬਰ ਡਾਇਲ ਕਰਤਾ। ਜੇ ਉਹ ਨੰਬਰ ਡਾਇਲ ਨਾ ਕਰਦੀ ਜਾਂ ਉਹ ਨੰਬਰ ਨਾ ਉਹਨੂੰ ਯਾਦ ਹੁੰਦਾ ਤਾਂ ਪਤਾ ਨਹੀਂ ਕਿੰਨਾ ਟਾਈਮ ਲੱਗਣਾ ਸੀਗਾ ਇਹ ਸਾਰਾ ਕੁਛ ਹੋਣ ਨੂੰ। ਪਰ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਬੜਾ ਦਿਆਲੂ ਆ, ਉਹ ਹਰ ਚੀਜ਼ ਦਾ ਇੰਤਜ਼ਾਮ ਕਰਕੇ ਰੱਖਦੇ ਨੇ। ਪਰ ਹੁਣ ਬੱਚੀ ਘਰਦਿਆਂ ਤੋਂ ਵੀ ਇੰਨਾ ਜ਼ਿਆਦਾ ਡਰੀ ਹੋਈ ਹੈ ਦੇਖੋ, ਨਾ ਤਾਂ ਆਪਣੇ ਚਾਚਾ ਜੀ ਨਾਲ ਗੱਲ ਕੀਤੀ ਉਹਨੇ, ਨਾ ਆਪਣੀ ਦਾਦੀ ਨਾਲ ਗੱਲ ਕੀਤੀ ਉਹਨੇ। ਅਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ, ਇਸ ਤਰ੍ਹਾਂ ਬਹੁਤ ਸਾਰੀਆਂ ਸਾਡੀਆਂ ਭੈਣਾਂ ਵਾਂ ਜਿਹੜੀਆਂ ਇਸ ਤਰ੍ਹਾਂ ਹੀ ਰੁਲ ਜਾਂਦੀਆਂ ਨੇ। ਹੁਣ ਇਹਦਾ ਕੀ ਕਸੂਰ ਆ, ਇਹਦੇ ਤਾਂ ਵਕਤ ਨੇ ਮਾਰ ਪਾਈ ਆ। 2011 'ਚ ਮਾਂ ਚਲੇ ਗਈ, ਦੱਸਦੇ ਵੀਰ ਹੋਣੀ, 2002 ਦੇ ਵਿੱਚ ਫਾਦਰ ਚਲਾ ਗਿਆ ਸ਼ਾਇਦ, ਇੱਦਾਂ ਕੁਛ ਦੱਸਿਆ ਉਹਨਾਂ ਨੇ, ਹੈ ਨਾ। ਤਾਂ ਹੁਣ ਪਿੱਛੇ ਕੋਈ ਪਰਿਵਾਰ ਦਾ ਮੈਂਬਰ ਮਾਂ ਅਤੇ ਪਿਓ ਤੋਂ ਬਿਨਾਂ ਹੋਰ ਕੌਣ ਹੁੰਦਾ, ਚਾਚਾ ਚਾਚੀ ਚਾਹੇ ਦਾਦਾ ਦਾਦੀ ਜਿੰਨਾ ਮਰਜ਼ੀ ਪਿਆਰ ਕਰ ਲੈਣ, ਕਿਉਂਕਿ ਉਹ ਪਿਆਰ ਆ ਜਿਹੜਾ ਮਾਂ ਨੇ ਅਤੇ ਪਿਓ ਨੇ ਦੇਣਾ, ਉਹ ਪਿਆਰ ਨਹੀਂ ਮਿਲਦਾ ਕਿਤੋਂ। ਅਤੇ ਉਹ ਅਟੈਚਮੈਂਟ, ਉਹ ਥੱਪੜ ਵੀ ਮਾਰ ਦੇਣ ਗੁੱਸਾ ਨਹੀਂ ਕਰਦਾ ਬੱਚਾ, ਅਤੇ ਦੂਸਰਾ ਚਾਚਾ ਤਾਂ ਆਇਆ ਕੋਈ ਜਾਂ ਹੋਰ ਗੁੱਸੇ 'ਚ ਘੂਰ ਵੀ ਦੇਵੇ ਤਾਂ ਉਹ ਵੀ ਦਿਲ 'ਤੇ ਛੱਪ ਜਾਂਦੀ ਹੈ ਗੱਲ। ਅਤੇ ਇਹ ਮੈਂ ਹੰਢਾਇਆ ਹੋਇਆ ਖੁਦ ਅਸੀਂ, ਮੈਂ ਨਾਨਕੇ ਪਰਿਵਾਰ 'ਚ ਜੰਮਿਆ ਪਲਿਆ, ਅਤੇ ਮੈਨੂੰ ਇਹ ਗੱਲਾਂ ਦਾ ਬੜਾ ਨੇੜਿਓਂ ਹੋ ਕੇ ਐਕਸਪੀਰੀਅੰਸ ਰਿਹਾ ਇਹਨਾਂ ਚੀਜ਼ਾਂ ਦਾ। ਪਰ ਵਾਹਿਗੁਰੂ ਦੀ ਮਿਹਰ ਨਾਲ ਭੈਣ ਸਹੀ ਥਾਂ 'ਤੇ ਇੱਥੇ ਸੁਪਨਿਆਂ ਦੇ ਘਰ ਸਾਡੇ ਪਹੁੰਚ ਗਈ ਹੈ। ਇਹਨਾਂ ਵੀਰਾਂ ਦਾ ਧੰਨਵਾਦ ਆ ਜਿਹੜੇ ਆਪਣੀ ਕਿਰਤ ਕਰਕੇ ਵਾਪਸ ਆ ਰਹੇ ਸੀ, ਜਾਂ ਇਹ ਵੀਰ ਵਿਚਾਰਾ ਜਿਹੜਾ ਦਿੱਲੀ ਤੋਂ ਡਰਾਈਵਰੀ ਕਰਦਾ ਬਾਈ, ਗੱਡੀ ਚਲਾਉਂਦਾ ਕਿਸੇ ਦੀ, ਇਹ ਵੀਰ ਵਿਚਾਰਾ ਘਰੋਂ ਵੀ ਡਰੇ, ਕਹਿੰਦਾ ਯਾਰ ਮੇਰਾ ਵਿਆਹ ਹੋਇਆ ਵਾਂ, ਵਾਈਫ ਆ ਮੇਰੀ, ਮਦਰ ਆ, ਉਹਨਾਂ ਨੇ ਮਤਲਬ ਰਾਤ ਨੂੰ 2-3 ਵਜੇ ਤੁਸੀਂ ਪੁਲਿਸ ਨੂੰ ਸੱਦ ਲਓ, ਪੁਲਿਸ ਆ ਕੇ ਮੇਰੇ 'ਤੇ ਉਲਟਾ ਚੱਕਰ ਪਾ ਲਵੇ ਕੋਈ, ਅਤੇ ਫਿਰ ਕੱਲ੍ਹ ਨੂੰ ਵੀ ਮੇਰਾ ਘਰ ਵੀ ਨਾ ਪੱਟਿਆ ਜਾਵੇ। ਦੇਖੋ ਕਿੰਨੀ ਯਾਨੀ ਕਿ ਡੀਪ ਤਿੱਕਰ ਬੰਦਾ ਸੋਚ ਜਾਂਦਾ ਇੱਕ ਮਿੰਟ ਦੇ ਵਿੱਚ। ਅਤੇ ਇਹ ਸਾਰੇ ਇਹਦੇ ਪਿੱਛੇ ਵਰਤਾਂਤ ਦੇ ਪਿੱਛੇ ਕਾਰਨ ਸਾਡੀ ਪੰਜਾਬ ਪੁਲਿਸ, ਸਾਡਾ ਸਿਸਟਮ। ਆਪਾਂ ਕਿੰਨੇ ਵਜੇ ਕਾਲ ਕਰੀ ਸੀ ਕਾਕਾ? ਬੰਟੇ ਬਾਈ ਕਿੱਥੇ ਆ? ਬਾਈ ਦਾ ਫੋਨ ਫੜੀ, ਰਿਕਾਰਡਿੰਗ ਕਿਹੜੇ ਫੋਨ 'ਚ ਹੋਈ ਆ? ਵੀਡੀਓ ਵੀਡੀਓ ਬਣਾ ਰਹੇ ਸੀ ਨਾ ਨਾਲ। ਅਤੇ ਯਾਨੀ ਕਿ ਅਸੀਂ ਵੀਡੀਓ ਵੀ ਬਣਾਈ ਆ, ਜਿਹੜਾ ਉਹ ਬਾਈ ਗੱਲ ਕਰ ਰਿਹਾ ਸੀ ਮੂਹਰੇ, ਉਹ ਵੀ ਐਂ ਸੁੱਤਾ ਪਿਆ ਗੱਲ ਕਰਦਾ ਹੁੰਦਾ, ਜਿਵੇਂ ਨਾ ਇੱਦਾਂ ਗੱਲ ਕਰਦਾ ਸੀਗਾ। ਬੰਟੇ ਬਾਈ ਨੂੰ ਬੁਲਾਈ, ਉਹਦੇ ਫੋਨ 'ਚ ਰਿਕਾਰਡਿੰਗ ਹੋ ਗਈ ਨਾ ਜਿਹੜੀ ਆਪਾਂ ਗੱਲ ਕੀਤੀ ਆ। ਅਤੇ ਦੇਖੋ ਉਹਨਾਂ ਨੂੰ ਫੋਨ ਕੀਤਾ ਜਦੋਂ ਪੁਲਿਸ ਵਾਲਿਆਂ ਨੂੰ, ਤਾਂ ਉਹ ਸਾਡੇ ਨਾਲ ਪ੍ਰੋਪਰ ਪਹਿਲਾਂ ਤਾਂ ਗੱਲ ਹੀ ਨਹੀਂ ਸੀ ਕਰ ਰਹੇ ਚੱਜ ਨਾਲ, ਜਿਵੇਂ ਸੁੱਤਾ ਪਿਆ ਗੱਲ ਕਰ ਰਿਹਾ ਹੁੰਦਾ ਨਾ, ਇੱਦਾਂ ਹੀ ਗੱਲ ਕਰ ਰਿਹਾ ਸੀ ਪੰਜਾਬ ਪੁਲਿਸ ਵਾਲਾ ਬਾਈ ਉਹ। ਫਿਰ ਉਹਨੇ ਸਾਰਾ ਡਾਟਾ ਨੋਟ ਕਰ ਲਿਆ ਸਾਡਾ, ਅਤੇ ਉਹ ਕਹਿੰਦਾ ਬਾਈ ਵੀ ਤੁਹਾਨੂੰ ਕਾਲ ਆਉਂਦੀ ਆ ਹੁਣੀ, ਜਿਹੜੇ ਨੰਬਰ ਤੋਂ ਅਸੀਂ ਕਾਲ ਕੀਤੀ ਸੀਗੀ, ਕਹਿੰਦੇ ਇਸੇ ਨੰਬਰ 'ਤੇ ਤੁਹਾਨੂੰ ਫੋਨ ਆਉਂਦਾ, ਅਤੇ ਕੋਈ ਫੋਨ ਵੀ ਨਹੀਂ ਆਇਆ, ਅਤੇ ਨਾ ਕੋਈ ਕਾਰਵਾਈ। ਦੇਖੋ ਕਰੀਬ 4:03 'ਤੇ, ਦੇਖੋ 4:03 'ਤੇ ਕਾਲ ਕੀਤੀ ਸੀ, ਅਤੇ ਹੁਣ 5:20 ਹੋ ਗਿਆ, ਮਤਲਬ 1 ਘੰਟੇ ਤੋਂ ਵੀ ਉੱਪਰ ਟਾਈਮ ਹੋ ਗਿਆ, 1.25 ਘੰਟਾ ਹੋ ਗਿਆ ਕਾਲ ਕੀਤੀ ਨੂੰ ਪੁਲਿਸ ਨੂੰ 100 ਨੰਬਰ 'ਤੇ, ਕਿਉਂਕਿ ਸਾਡੇ ਕੋਲ ਵੀ ਇਹ ਕੇਸ ਪਹਿਲੀ ਵਾਰ ਸੀ ਇੱਦਾਂ, ਕੋਈ ਨੌਜਵਾਨ ਕੁੜੀ ਤੜਕੇ ਦੇ 3 ਵਜੇ ਵੀਰ ਹੁਣੀ ਲੈ ਕੇ ਆ ਗਏ, ਪਿੱਛੇ ਕੀ ਹੋਇਆ ਕੁੜੀ ਨਾਲ ਕਿੱਦਾਂ, ਹੈ ਨਾ, ਇਹ ਸਾਰਾ ਲੀਗਲੀ ਇੱਕ ਉਹ ਪ੍ਰੋਸੈਸ ਆ। ਅਤੇ ਅਸੀਂ 100 ਨੰਬਰ 'ਤੇ ਕਾਲ ਕਰਨੀ ਜ਼ਰੂਰੀ ਸੀ ਸਾਡੇ ਲਈ, ਅਤੇ ਇਹ ਵੀਰੇ ਨੂੰ ਐਂ ਸੀਗਾ ਵੀ ਜੇ 100 ਨੰਬਰ 'ਤੇ ਫੋਨ ਕਰਤੀ ਵੀ ਮੈਨੂੰ ਫਸਾ ਦੇਣਗੇ, ਅਤੇ ਇਸ ਕਰਕੇ ਨਵੀਂ ਸਰਕਾਰ ਬਣੀ ਆ, ਠੀਕ ਆ, ਸਾਨੂੰ ਉਮੀਦਾਂ ਬਹੁਤ ਨੇ, ਪਰ ਜ਼ਰੂਰ ਸੋਚਿਓ ਵੀ ਜੇ ਕੁਛ ਕਰ ਸਕਦੇ ਹੋ, ਨਹੀਂ ਤਾਂ ਉਮੀਦ ਹੈ ਨਹੀਂ। ਪਹਿਲਾਂ ਵਾਲਿਆਂ ਨੇ ਉਮੀਦਾਂ ਜਮ੍ਹਾਂ ਹੀ ਤੋੜੀਆਂ ਪਈਆਂ, ਕੀ ਕੁਛ ਕਰਕੇ ਗਏ ਨੇ ਉਹ, ਠੀਕ ਹੈ। ਜੇ ਤੁਹਾਨੂੰ ਇਹਨਾਂ ਗੱਲਾਂ ਦੀ ਸਬਜ਼ੀ ਸਮਝ ਹੈਗੀ ਆ ਵੀ ਇੱਕ ਆਮ ਬੰਦਾ ਪੰਜਾਬ ਪੁਲਿਸ ਤੋਂ ਜਾਂ ਪੁਲਿਸ ਤੋਂ ਕਿਉਂ ਡਰ ਰਿਹਾ, ਉਹ ਡਰ ਕਿੱਦਾਂ ਕੱਢਿਆ ਜਾ ਸਕਦਾ ਉਹਦੇ ਅੰਦਰੋਂ, ਫਿਰ ਇੱਕ ਕੋਈ ਸਿਸਟਮ ਤਾਂ ਹੋਵੇ ਪੰਜਾਬ ਪੁਲਿਸ ਨੂੰ। ਜੇ ਮੰਨ ਲਓ ਅਸੀਂ ਕਾਲ ਕਰਤੀ ਆ, ਨਹੀਂ ਬੰਟੇ ਬਾਈ ਦਾ ਫੋਨ ਇਹ ਤੋਂ ਲੈ, ਇੱਕ ਮਿੰਟ ਪੁਲਿਸ
ਕਿਹੜਾ ਮੇਰਾ ਫੋਨ ਵੀ ਸਪੀਕਰ ਲਾਇਆ ਹੈ ਕਾਰਵਾਈ ਨਹੀਂ ਹੋਈ। ਬਹੁਤ ਧੰਨਵਾਦ ਜਿੰਨੇ ਭੈਣ ਭਰਾ ਜੁੜੇ ਹੋਏ ਸੀ ਦੇਖ ਰਹੇ ਸੀ ਇਸ ਵੀਡੀਓ ਨੂੰ, ਅੱਗੋਂ ਸ਼ੇਅਰ ਵੀ ਕਰਿਓ। ਕਿਸੇ ਹੋਰ ਨਾਲ ਵੀ ਇਸ ਤਰ੍ਹਾਂ ਹੋ ਸਕਦਾ, ਕੋਈ ਹੋਰ ਵੀ ਭਵਨ ਵਾਂਗ ਇੱਦਾਂ ਦੇ ਹਾਲਾਤਾਂ 'ਚ ਡਰ ਸਕਦਾ, ਕੋਈ ਹੋਰ ਵੀ ਇਹਨਾਂ ਵੀਰਾਂ ਵਾਂਗ ਆਪਣੀ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾ ਸਕਦਾ ਵਾ, ਜਿੱਦਾਂ ਇਹਨਾਂ ਨੇ ਵੀਰ ਹੋਣਾ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਆ। ਤੜਕੇ ਦੇ 3 ਵਜੇ 2:30 ਵਜੇ ਇੱਕ ਮੈਂਬਰ ਨੂੰ ਇਸ ਤਰ੍ਹਾਂ ਦੇ ਨੂੰ ਇਸ ਹਾਲਾਤ 'ਚ ਦੇਖਣਾ ਅਤੇ ਉਹਨੂੰ ਲੈ ਕੇ ਆਉਣਾ, ਅਤੇ ਬਹੁਤ ਧੰਨਵਾਦ ਸਾਰਿਆਂ ਦਾ। ਨੀਤੂ ਭੈਣ ਦਾ ਘਰ ਲੱਭ ਗਿਆ ਵਾ ਆਲਮੋਸਟ, ਅਤੇ ਉਹਦੇ ਘਰ ਗੱਲ ਕਿੱਥੇ ਕੁੜੀ ਵਾਸ਼ਰੂਮ 'ਚ, ਕੁੜੀ ਭੈਣ ਵਾਸ਼ਰੂਮ ਗਏ ਹੋਏ ਨੇ, ਅਤੇ ਉਹਦੇ ਦਾਦੀ ਨਾਲ ਵੀ ਕਰੀਬ ਗੱਲ ਹੋ ਗਈ ਆ, ਉਹਦੇ ਚਾਚਾ ਜੀ ਨਾਲ ਵੀ ਗੱਲ ਹੋ ਗਈ ਆ। ਅਤੇ ਬਸ ਤੁਸੀਂ ਵੀ ਅੱਗੋਂ ਅਰਦਾਸ ਕਰਿਓ ਵੀ ਉਹਦੀ ਜ਼ਿੰਦਗੀ 'ਚ ਕੁਛ ਚੰਗਾ ਹੋਵੇ। ਅਸੀਂ ਅੱਗੋਂ ਵੀਡੀਓ ਵੀ ਸ਼ੇਅਰ ਕਰਾਂਗੇ ਜਦੋਂ ਇਹਦਾ ਪਰਿਵਾਰ ਆਊਗਾ, ਅਤੇ ਤੁਹਾਨੂੰ ਦੱਸਾਂਗੇ ਸਾਰਾ, ਕਿਉਂਕਿ ਉਹ ਵੀ ਪਿੱਛੋਂ ਦੁਖੀ ਨੇ, ਕਿਉਂਕਿ ਮੈਂਟਲੀ ਅਪਸੈਟ ਹੋ ਗਈ ਇੱਕ ਤਾਂ ਮਾਂ ਪਿਓ ਦੇ ਜਾਣ ਤੋਂ ਬਾਅਦ, ਅਤੇ ਫਿਰ ਮੈਂਟਲੀ ਪਰਸਨ ਦੇ ਨਾਲ ਕੀ ਕੁਛ ਹੁੰਦਾ ਹੋਊ, ਕਿੱਦਾਂ ਉਹਨੂੰ ਲੋਕ ਬਲਗਾਉਂਦੇ ਹੋਣਗੇ, ਕਿੱਦਾਂ ਵਿਚਾਰੀ ਇਹਨਾਂ ਲੋਕਾਂ ਦੇ ਭੁਲੇਸੇ 'ਚ ਆ ਕੇ ਕਿਹੜੇ ਹਾਲਾਤਾਂ 'ਚ ਜ਼ਿੰਦਗੀ ਕੱਟ ਰਹੀ ਹੋਊ, ਕੀ ਕੁਛ ਉਹਦੇ ਨਾਲ ਹੋਇਆ ਹੋਊ, ਹਰ ਗੱਲ 'ਤੇ ਰੋਣ ਲੱਗ ਜਾਂਦੀ ਆ, ਛੋਟੀ ਛੋਟੀ ਗੱਲ 'ਤੇ ਡਰ ਇੰਨਾ ਪਿਆ ਹੋਇਆ। ਜੇ ਸਾਡੀ ਟੀਮ ਦੀ ਮੈਂਬਰ ਭੈਣ ਵੀ ਉਹਨੂੰ ਐਂ ਬੋਡੀ ਨੂੰ ਉਹਦੀ ਨੂੰ ਹੱਥ ਲਾਉਂਦੀ ਆ ਤਾਂ ਇਹ ਕੰਬ ਜਾਂਦੀ ਆ, ਪਤਾ ਨਹੀਂ ਉਹਦੇ ਨਾਲ ਕਿੰਨਾ ਕੁ ਸ਼ਿੱਦਤ ਕੀਤਾ ਹੋ ਉਹਨਾਂ ਘਟੀਆ ਲੋਕਾਂ ਨੇ। ਪਰ ਵਾਹਿਗੁਰੂ ਅੱਗੇ ਅਰਦਾਸ ਕਰਿਓ ਅਸੀਂ ਇਸ ਭੈਣ ਦੇ ਭਰਾ ਬਣ ਸਕੀਏ। ਇਸ ਭੈਣ ਨੂੰ ਮਹਾਰਾਜ ਨੇ ਜੇ ਸਾਡੇ ਕੋਲ ਇੱਥੇ ਭੇਜਿਆ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ, ਅਤੇ ਅਸੀਂ ਉਹ ਡਿਊਟੀ ਨਿਭਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।